ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕਦਰ ਜ਼ਿੰਦਗੀ ਦੀ ਉਹ ਪਾ ਸਕਦਾ ਜਿਹੜੀ ਕੌਮ ਨੂੰ ਮਰਨ ਦਾ ਛਲ ਪੈ ਜੇ। ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ੍ਹ ਪੈ ਜੇ। ਖੰਡੇ ਦੀ ਤਾਰ ਚੋਂ ਜਨਮ ਜਿਹਦਾ ਉਹਨੂੰ ਮੌਤ ਕਿਸ ਤਰ੍ਹਾਂ ਮਾਰ ਸਕੇ। ਜੋ ਲੜਦਾ ਸਾਂਝੀ ਵਾਲ ਲਈ ਉਹਦਾ ਕੌਣ ਨਿਸ਼ਾਨ ਉਤਾਰ ਸਕੇ। ਉਹ ਹਸ ਧਰਮ ਤੋਂ ਜਿੰਦੜੀ ਵਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਖੰਡੇ ਦੀ ਤਾਰ ਚੋਂ ਜਨਮ ਜਿਹਦਾ ਉਹਨੂੰ ਮੌਤ ਕਿਸ ਤਰ੍ਹਾਂ ਮਾਰ ਸਕੇ। ਜੋ ਲੜਦਾ ਸਾਂਝੀ ਵਾਲ ਲਈ ਉਹਦਾ ਕੌਣ ਨਿਸ਼ਾਨ ਉਤਾਰ ਸਕੇ। ਉਹ ਹਸ ਧਰਮ ਤੋਂ ਜਿੰਦੜੀ ਵਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਸਰਹੰਦ ਦੀ ਖੂਨੀ ਕਾਂਧੇ ਨੂੰ ਜੁੱਗਾਂ ਤੱਕ ਲਾਈਟ ਦਿੰਦੀ ਰੂਹ ਦਸਮੇਸ਼ ਦਾ ਨਿੱਕਿਆਂ ਲਾਲਾਂ ਨੂੰ ਸਭ ਦੁਨੀਆ ਚੁਗ ਚੁਗ ਨਿੰਦੀ ਰੂਹ। ਚੁਗਲਾਂ ਦੀ ਭੁਗਤ ਸਵਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਇਹਨੂੰ ਸਿੱਖਿਆ ਕਲਗੀ ਧਰਦੀ ਏ ਨਾ ਡਰਨਾ ਨਾ ਡਰਾਉਣਾ ਏ ਨਾ ਹੱਕ ਕਿਸੇ ਦਾ ਖੋਣਾ ਏ ਨਾ ਆਪਣਾ ਹੱਕ ਗਵਾਉਣਾ ਏ। ਹਰ ਦੁਸ਼ਮਣ ਨੂੰ ਲਲਕਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਕੰਡਿਆਲੇ ਜੰਗਲਾਂ ਛੱਲਾਂ ਚ ਕੰਡਿਆਲੇ ਜੰਗਲਾਂ ਚੱਲਾਂ ਚ ਕਰਦਾ ਰਿਹਾ ਬਸੇਰਾ ਏ ਅੱਠ ਅੱਠ ਦਿਨ ਭੁੱਖੇ ਰਹਿ ਕੇ ਵੀ ਨਾ ਛੋਟਾ ਰੱਖਿਆ ਜੇਰਾ ਏ। ਦੁਨੀਆ ਲਈ ਕਸ਼ਟ ਸਹਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਗੋਪਾਂ ਤੇ ਗੋਲੀ ਫਾਂਸੀ ਵੀ ਇਹਨੂੰ ਮੰਜ਼ਿਲ ਤੋਂ ਨਾ ਰੋਕ ਸਕੇ। ਕੁਰਸੀ ਤੇ ਐਸ਼ੋ ਇਸ਼ਰਤ ਵੀ ਨਾ ਰਸਤਾ ਇਸ ਦਾ ਟੋਕ ਸਕੇ। ਚੌਧਰ ਨੂੰ ਠੁੱਡੇ ਮਾਰੇਗਾ ਚੌਧਰ ਨੂੰ ਠੁੱਡੇ ਮਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਇੱਕ ਅਣਖੀ ਜੋ ਦੇ ਸੰਤ ਤਾਈ ਇੱਕ ਅਣਖੀ ਜੋ ਦੇ ਸੰਤ ਤਾਈ ਸਭ ਦੁਨੀਆ ਦਿੰਦੀ ਦਾਦ ਰਹੂ। ਉਸ ਕਹਿਣ ਕਰਨ ਦੇ ਸੂਰੇ ਦੀ ਹਰ ਦਿਲ ਵਿੱਚ ਨਿੱਗੀ ਯਾਦ ਰਹੂ। ਸਭ ਸੱਚ ਤੇ ਝੂਠ ਨਤਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਕਈਆਂ ਦੇ ਸੁਹਾਗ ਨੇ ਲੁੱਟੇ ਗਏ ਕਈ ਤੁਰੇ ਮਾਵਾਂ ਦੇ ਹੀਰੇ ਨੇ ਕਈ ਬਾਪੂ ਸੋਹਲ ਕਲੀਆਂ ਦੇ ਕਈ ਤੁਰੇ ਭੈਣਾਂ ਦੇ ਵੀਰੇ ਨੇ। ਸਭਨਾਂ ਦੇ ਕਸ਼ਟ ਨਵਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਕੀ ਹੋਇਆ ਹੀਰੇ ਆਗੂ ਕਈ ਕੀ ਹੋਇਆ ਹੀਰੇ ਆਗੂ ਕਈ ਗਏ ਵਾਰ ਕੀਮਤੀ ਜਾਨਾਂ ਨੂੰ ਮੁਰਦਿਆਂ ਨੂੰ ਜੀਵਨ ਬਖਸ਼ ਗਏ ਤੇ ਕਰ ਗਏ ਉੱਚੀਆਂ ਸ਼ਾਨਾਂ ਨੂੰ। ਸਭ ਸ਼ਹੀਦਾਂ ਨੂੰ ਸਤਿਕਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ। ਚਰਖੜੀਆਂ ਤਿੱਖੀਆਂ ਧਾਰਾਂ ਤੋਂ ਚਰਖੜੀਆਂ ਤਿੱਖੀਆਂ ਧਾਰਾਂ ਤੋਂ ਇਹ ਅਜੇ ਤੀਕਰਾਂ ਡਰਿਆ ਨਹੀਂ ਕਈ ਮਾਰਨ ਵਾਲੇ ਮੁੱਕ ਗਏ ਪਰ ਪੰਥ ਖਾਲਸਾ ਮਰਿਆ ਨਹੀਂ। ਸਭ ਕਰਜੇ ਸਿਰੋਂ ਉਤਾਰੇ ਜਾਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ।
ਕੀ ਹੋਇਆ ਸ਼ਮਾ ਆਜ਼ਾਦੀ ਤੋਂ ਹੱਸ ਸੜ ਗਏ ਕਈ ਪਰਵਾਨੇ ਨੇ ਕਈ ਲਾਲ ਕਲਗੀਆਂ ਵਾਲੇ ਦੇ ਤੁਰੇ ਹੱਥੀ ਬਣ ਕੇ ਗਾਨੇ ਨੇ ਸਿੱਖੀ ਦੇ ਮਹਿਲ ਉਸਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਧਰਮੀ ਜੋਧਿਆਂ ਦਾ ਏ ਕਾਹਲਾ ਧਰਮੀ ਜੋਧਿਆਂ ਦਾ ਨਾ ਰੁਕਿਆ ਏ ਨਾ ਰੁਕਣਾ ਏ ਦੁਸ਼ਟਾਂ ਦਾ ਮਲੀਆ ਮੇਟੋ ਤੇ ਪੰਥ ਖਾਲਸੇ ਬੁਕਣਾ ਏ ਗੁਰਮੁਖ ਬਣ ਟਾਰਾ ਮਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਓ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਤਾਂ ਕੁਦਰਤ ਨੂੰ ਭੁੱਲਣ ਤਾਂ ਭੁੱਲ ਜਾਵਣ ਸਾਨੂੰ ਮੌਸਮ ਸ਼ਹੀਦੀ ਨਾ ਭੁੱਲਦਾ ਏ ਖਾਸ ਕਰਕੇ 1984 ਦਾ ਖੂਨੀ ਸਾਕਾ ਇਹ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ ਹੁਕਮ ਹੋਇਆ ਹੈ ਇਹਦੇ 'ਤੇ ਵਿਚਾਰ ਕੀਤੀ ਜਾਵੇ ਇਸ ਵਿਸ਼ੇ 'ਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਮੈਂ ਜ਼ਿਆਦਾ ਕਰਕੇ ਅੱਜ ਦੇ ਇਸ ਪ੍ਰਸੰਗ ਵਿੱਚ ਇਹ ਜੰਗ ਲੜਨ ਵਾਲੇ ਕੁਲਦੀਪ ਸਿੰਘ ਬਰਾੜ ਜਿਹਨੇ ਲੱਖਾਂ ਦੀ ਸੈਨਾ ਦੇ ਨਾਲ ਇਹ ਆਪ ਜੰਗ ਲੜੀ ਹੈ ਜ਼ਿਆਦਾ ਕਰਕੇ ਮੈਂ ਉਹਦਾ ਹਵਾਲਾ ਦੇਣਾ ਚਾਹੁੰਦਾ ਅਸਲ ਵਿੱਚ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਖੰਡਤਾ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜੋ 121 ਬੰਦੇ ਫਾਂਸੀ 'ਤੇ ਚੜ੍ਹੇ ਹੈ ਉਹਦੇ ਵਿੱਚੋਂ 93 ਸਿੱਖ ਸਨ ਜੋ ਬੰਦੇ ਕਾਲੇ ਪਾਣੀ ਉਮਰ ਕੈਦ ਜਿਨ੍ਹਾਂ ਨੂੰ ਹੋਈ ਉਹਨਾਂ ਦੀ ਗਿਣਤੀ 2647 ਹੈ ਜਿਹਦੇ ਵਿੱਚੋਂ 2147 ਸਿੱਖ ਸਨ ਜਲਿਆਂਵਾਲੇ ਬਾਗ ਵਿੱਚ 1302 ਬੰਦੇ ਸ਼ਹੀਦ ਹੁੰਦੇ ਹੈ ਉਹਦੇ ਵਿੱਚੋਂ 799 ਸਿੱਖ ਸਨ ਆਜ਼ਾਦ ਹਿੰਦ ਫੌਜ ਦੇ ਅੱਧਿਓਂ ਬਹੁਤੇ ਸਿੱਖ ਸਨ ਗਦਰ ਪਾਰਟੀ ਵਿੱਚ 70% ਸਿੱਖ ਸਨ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਪਰ ਅਫਸੋਸ ਹੈ ਸਾਡੇ ਮੱਥੇ 'ਤੇ ਅੱਤਵਾਦੀ ਆਤੰਕਵਾਦੀ ਉਗਰਵਾਦੀ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਬਹੁਤ ਸਾਰੇ ਐਸੇ ਇਲਜ਼ਾਮ ਲਗਾਏ ਗਏ ਗੱਲ ਕਰਦਾ ਹਾਂ ਮਹਾਨ ਜਰਨੈਲ 20ਵੀਂ ਸਦੀ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਨ੍ਹਾਂ ਦਾ ਜਨਮ 1947 ਨੂੰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਅੰਦਰ ਸਰਦਾਰ ਜੋਗਿੰਦਰ ਸਿੰਘ ਦੇ ਘਰ ਹੋਇਆ ਛੋਟੀ ਉਮਰ ਤੋਂ ਹੀ ਨਾਮ ਬਾਣੀ ਦੇ ਅਭਿਆਸੀ ਸਨ ਨਿਤਨੇਮੀ ਸਨ ਔਰ ਛੋਟੀ ਉਮਰ ਵਿੱਚ ਹੀ ਥੋੜ੍ਹੀ ਵਿੱਦਿਆ ਲੈਣ ਤੋਂ ਬਾਅਦ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਬਾ ਜੀ ਨੂੰ ਆਪਣੇ ਨਾਲ ਲੈ ਆਏ 1977 ਵਿੱਚ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਚੜ੍ਹਾਈ ਕਰ ਗਏ 30 ਸਾਲ ਦੀ ਭਰ ਜਵਾਨੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ ਇਹ ਛੋਟੀ ਉਮਰਾਂ ਅੰਦਰ ਬਹੁਤ ਵੱਡੀਆਂ ਚੁਣੌਤੀਆਂ ਮਹਾਂਪੁਰਸ਼ਾਂ ਦੇ ਸਾਹਮਣੇ ਸਨ ਸਰਕਾਰ ਨੇ ਜਾਣ ਬੁੱਝ ਕੇ ਨਕਲੀ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਨੂੰ ਪੰਜਾਬ ਦੀ ਧਰਤੀ 'ਤੇ ਭੇਜਿਆ 1978 ਦੀ ਵਿਸਾਖੀ 'ਤੇ ਮਹਾਨ ਪਵਿੱਤਰ ਦਿਹਾੜੇ 'ਤੇ ਖੂਨੀ ਸਾਕਾ ਵਰਤਿਆ 13 ਸਿੰਘ ਸ਼ਹੀਦ ਹੋ ਗਏ 65 ਦੇ ਕਰੀਬ ਸਿੰਘ ਜ਼ਖਮੀ ਹੋਏ ਇਹਦਾ ਕੇਸ ਹਰਿਆਣੇ ਵਿੱਚ ਲੈ ਗਏ ਸਾਡੇ ਆਪਣੀ ਸਰਕਾਰ ਨੇ ਅਕਾਲੀ ਸਰਕਾਰ ਦੇ ਹੁੰਦਿਆਂ ਇਹ ਨਕਲੀ ਗੁਰਬਚਨਾ ਸਾਹਿਬ ਬਰੀ ਹੋ ਗਿਆ ਅਤੇ ਬੜੇ ਮਾਣ ਨਾਲ ਗੱਲ ਕਹਿਣ ਲੱਗ ਪਿਆ ਇਹਨਾਂ ਦੇ 6ਵੇਂ ਗੁਰੂ ਨੇ 52 ਰਾਜੇ ਰਿਹਾ ਕਰਵਾਏ ਸਨ ਮੈਂ 63 ਦੀ ਰਿਹਾਈ ਕਰਵਾਈ ਹੈ 63 ਦੀ ਇਹ ਸੁਣ ਕੇ ਸੂਰਮਿਆਂ ਨੂੰ ਕੁਝ ਗੁੱਸਾ ਆਇਆ ਉਹਨਾਂ ਨੇ ਇਸ ਨਕਲੀ ਨਿਰੰਕਾਰੀ ਨੂੰ ਸੋਧ ਦਿੱਤਾ ਇਹਦੇ ਪੱਖ ਵਿੱਚ ਲਾਲਾ ਜਗਤ ਨਾਰਾਇਣ ਉਹਨੇ ਬਹੁਤ ਕੁਝ ਲਿਖਿਆ ਭਿੰਡਰਾਂ ਵਾਲੇ ਨੂੰ ਦੇਸ਼ ਦਾ ਗਦਾਰ ਬਹੁਤ ਜ਼ਿਆਦਾ ਉਹਨੇ ਐਸੇ ਸ਼ਬਦ ਕਹੇ ਕੁਝ ਗੁਰੂ ਕੇ ਲਾਲਾ ਨੇ ਇਸ ਲਾਲਾ ਜਗਤ ਨਾਰਾਇਣ ਨੂੰ ਵੀ ਸੋਧ ਦਿੱਤਾ ਇਹਦੇ ਵਜਾਨੇ ਵਿੱਚ ਉਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਸੀ ਉਹਨੇ ਵਾਰੰਟ ਜਾਰੀ ਕੀਤੇ ਕਿ ਇਹਦਾ ਕਾਤਲ ਸੰਤ ਬਾਬਾ ਜਰਨੈਲ ਸਿੰਘ ਹੈ ਬਾਬਾ ਜੀ ਉਹਨੀ ਦਿਨੀ ਹਰਿਆਣਾ ਦੀ ਧਰਤੀ ਵਿੱਚ ਚੰਦੋ ਕਲਾਂ ਵਿੱਚ ਸਨ ਬਾਬਾ ਜੀ ਨੂੰ ਪਤਾ ਲੱਗਾ ਬਾਬਾ ਜੀ ਮਹਿਤੇ ਆ ਗਏ ਬਾਬਾ ਜੀ ਦੇ ਮਹਿਤੇ ਆਉਣ ਤੋਂ ਬਾਅਦ ਚੰਦੋ ਕਲਾਂ ਨੂੰ ਘੇਰਾ ਪਾਇਆ ਗਿਆ ਨਗਰ ਦੀ ਬਹੁਤ ਖੁਆਰੀ ਕੀਤੀ ਗਈ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ 2 ਬੱਸਾਂ ਬਹੁਤ ਸਾਰੀਆਂ ਪੋਥੀਆਂ ਗੁਟਕੇ ਸਾੜ ਦਿੱਤੇ ਗਏ ਆਖਿਰਕਾਰ ਬਾਬਾ ਜੀ ਨੇ 20 ਸਤੰਬਰ ਨੂੰ ਗ੍ਰਿਫਤਾਰ ਹੋਣ ਦਾ ਐਲਾਨ ਕੀਤਾ ਬਹੁਤ ਵੱਡਾ ਭਾਰੀ ਇਕੱਠ 2 ਲੱਖ ਦੇ ਕਰੀਬ ਬੰਦਾ ਮਹਿਤੇ ਦੀ ਧਰਤੀ 'ਤੇ ਪਹੁੰਚਿਆ ਸਾਰੇ ਲੀਡਰ ਸਾਰੇ ਪਾਰਟੀਆਂ ਦੇ ਤਕਰੀਬਨ
ਉੱਥੇ ਹਾਜ਼ਰ ਹੋਏ। ਪੁਲਿਸ ਨੇ ਬਿਨਾਂ ਭੜਕਾੜ ਦੇ ਗ੍ਰਿਫਤਾਰੀ ਤੋਂ ਬਾਅਦ ਗੋਲੀ ਚਲਾਈ, ਦਰਜਨਾਂ ਦੇ ਕਰੀਬ ਉੱਥੇ ਸਿੱਖ ਸ਼ਹੀਦ ਕਰ ਦਿੱਤੇ ਗਏ। ਔਰ ਬਾਬਾ ਜੀ ਨੂੰ ਜਿਵੇਂ ਇਹਨਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਸ ਦੇ ਬਾਵਜੂਦ ਵੀ ਬਾਬਾ ਜੀ ਦੀ ਹਰਮਨ ਪਿਆਰਤਾ ਲੋਕਾਂ ਵਿੱਚ ਇੰਨਾ ਸਤਿਕਾਰ ਫੈਲਿਆ ਜਿਵੇਂ ਸਿੱਖ ਹੱਕਾਂ ਦੀ ਰਾਖੀ ਖਾਤਰ ਇੱਕ ਪਹਿਰੇਦਾਰ ਬਣ ਕੇ ਉਹ ਸੂਰਮਾ ਨਿਤਰਿਆ। ਉਹ ਸੂਰਮੇ ਦੀ ਸਿਫਤ ਵਿੱਚ ਚੰਦ ਸਤਰਾਂ ਜੋਗਾ ਸਿੰਘ ਜੋਗੀ ਕਮਿਸ਼ਨ ਦਾ ਜਥਾ ਗੁਰਮੁਖ ਸਿੰਘ ਐਵੇਂ ਦੀ ਲਿਖਤ ਰਾਹੀਂ ਤੁਹਾਡੇ ਸਨਮੁਖ ਉਹ ਬਿਆਨ ਕਰਦਾ ਹੈ। ਉਹ ਸਤਵਾਦੀ ਜਿਸ ਦੇ ਨੇੜੇ ਕੂੜਕ ਸਤ ਨਾ ਟੁਕਿਆ, ਗੁਰਬਾਣੀ ਸਿੱਖ ਧਰਮ ਫਲਸਫੇ ਤੋਂ ਜੋ ਕਦੇ ਨਾ ਹੁਕਿਆ। ਸਿੱਖ ਸਿਧਾਂਤਾਂ ਦਾ ਰਖਵਾਲਾ ਨਵੇਂ ਪੂਰ ਨੇ ਪਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਉਹ ਸਤਵਾਦੀ ਜਿਸ ਦੇ ਨੇੜੇ ਕੂੜਕ ਸਤ ਨਾ ਟੁਕਿਆ, ਗੁਰਬਾਣੀ ਸਿੱਖ ਧਰਮ ਫਲਸਫੇ ਤੂੰ ਜੋ ਕਦੇ ਨਾ ਹੁਕਿਆ। ਸਿੱਖ ਸਿਧਾਂਤਾਂ ਦਾ ਰਖਵਾਲਾ ਨਵੇਂ ਪੂਰ ਨੇ ਪਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਕੰਮ ਦਮੀ ਟਕਸਾਲ ਦਾ ਮੁਖੀਆ ਪਰ ਜਾਨੀ ਵਿੱਚ ਬਣਿਆ, ਜਿਹਦੇ ਦੁਆਲੇ ਧਰਮ ਵਿਰੋਧੀ ਤਾਕਤਾਂ ਤਾਣਾ ਤਣਿਆ। ਤੀਖਣ ਬੁੱਧੀ ਨਾਲ ਹਰ ਗੱਲ ਪੜਦਾ, ਗੁੱਜੇ ਭੇਦ ਤਕਾ ਗਿਆ, ਸੁੱਤੀ ਕੌਮ ਜਗਾ ਗਏ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਪੰਜਾਬ ਚ ਗੁਰਾਂ ਦੀ ਨਿੰਦਾ ਸੁਣ ਕੇ, ਪੰਜਾਬ ਚ ਗੁਰਾਂ ਦੀ ਨਿੰਦਾ ਸੁਣ ਕੇ ਸੌ ਗਏ ਜਦੋਂ ਅਕਾਲੀ, ਦੰਬੀਆਂ ਸਾਵੇਂ ਡਟੇ ਮਰਦ ਦੇ ਚਿਹਰੇ ਉੱਤੇ ਲਾਲੀ। ਮੁੱਢੋਂ ਝਾੜ ਕੁਹਰ ਦੀ ਪੁੱਟਣੀ ਜਾਬਰ ਨੂੰ ਸਮਝਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਅਠੱਤਰ ਦੀ ਵਿਸਾਖੀ ਬਚਨੇ ਰੱਖਿਆ ਜਦੋਂ ਸੰਮੇਲਨ, ਬਾਦਲ ਦੀ ਸਰਕਾਰ ਨੇ ਦਿੱਤਾ ਨਾਲ ਅੱਗ ਦੇ ਖੇਲਣਾ। ਰਿਹਾ ਰੋਗ ਦਾ ਦਰਦੀ ਹੈ ਪਰ ਹਾਕਮ ਮੰਗ ਠੁਕਰਾ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਸਾਥ ਦੇਣ ਦੀ ਥਾਂ ਅਕਾਲੀ ਬਣੇ ਉਸ ਦੇ ਵੈਰੀ, ਜਨ ਸੰਗੀਆਂ ਦਾ ਸਾਥ ਦੇਣ ਲਈ ਬਣੇ ਬਰੂਪੀ ਜਾਰੀ। ਕਰਦਾ ਦੂਰ ਰੁਕਾਵਟਾਂ ਸੱਬੇ ਅਣਖ ਦਾ ਬਿਗਲ ਵਜਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਸਮਾਗਮ ਰੋਕਣ ਦੇ ਲਈ ਸ਼ਾਂਤ ਮਾਰਚ ਸੀ ਕਰਦੇ, ਭੁੰਨ ਦਿੱਤੇ ਦਾਣਿਆਂ ਦੇ ਵਾਂਗੂ ਗੁਰੂ ਗ੍ਰੰਥ ਦੇ ਵਰਦੇ। ਧਰਮੀ ਜੋਧੇ ਨਿਰਦੋਸ਼ਾਂ ਦਾ ਜ਼ਾਲਮ ਖੂਨ ਵਹਾ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਤੇਰਾ ਸਿੰਘ ਸ਼ਹੀਦ ਹੋ ਗਏ, ਫੱਟੜ ਦਰਜਣਾ ਹੋਏ, ਅਕਾਲੀ ਸਰਕਾਰ ਦੇ ਮੱਥੇ ਕਾਲਖ ਕੌਣ ਜੁੱਤ ਹੋਏ। ਕਾਤਲ ਫੜਨ ਥਾਂ ਪ੍ਰਸ਼ਾਸਨ ਕਾਤਲ ਬਾਹਰ ਕਢਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਇੱਥੇ ਬਸ ਨਹੀਂ ਕਾਨਪੁਰੇ ਵਿੱਚ, ਫਿਰ ਚਲਵਾ ਕੇ ਗੋਲੀ, 80 ਜ਼ਖਮੀ 8 ਸ਼ਹੀਦ ਕਰਾ, ਪਾਪੀਆਂ ਖੇਡੀ ਹੋਲੀ। ਕੋਟ ਚੋਂ ਕਾਤਲ ਬਰੀ ਹੋ ਗਿਆ, ਭਾਂਬੜ ਦਿਲੀ ਲਗਾ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਅਣਖੀ ਸ਼ੇਰ ਦੇ ਸ਼ੇਕ ਪਏ ਵਿੱਚ ਹਿਰਦੇ, ਕਹਿੰਦਾ ਬੰਦ ਭਵਨ ਸਭ ਕਰਨੇ ਕੁਫਰ ਤੋਲ ਦੇ ਚਿਰ ਦੇ। ਹੰਸ ਲਾਲ ਖੰਨਾ ਜਨ ਸੰਗੀ ਅਣਖ ਨੂੰ ਚੋਬਾ ਲਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਬਚਨਾ ਕਹਿੰਦਾ ਗੁਰੂ 52 ਮੈਂ 63 ਛਡਵਾਏ, ਸੁਣ ਕਾਬਲ ਰਣਜੀਤ ਸਿੰਘ ਜੀ ਸੂਰੇ ਰੋ ਵਿੱਚ ਆਏ। ਸਣ ਪਰਿਵਾਰ ਦਿਖਾ ਕੇ ਗੋਲੀ, ਪਾਪੀ ਨਰਕ ਸਦਾ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਲਾਲਾ ਜਗਤ ਨਾਰਾਇਣਾ
ਚੈਰ ਉਗਲਦਾ ਭਾਰੀ, ਕਾਰ ਚ ਬੈਠੇ ਨੂੰ ਮਾਰ ਗੋਲੀਆਂ, ਲਾ ਗਏ ਮਰਦ ਉਡਾਰੀ। ਸੰਤਾਂ ਦੀ ਗ੍ਰਿਫਤਾਰੀ ਆਡਰ ਮੁਖੀ ਪੰਜਾਬ ਸੁਣਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। ਮਸ਼ੀਨ ਗੰਨਾ ਤੇ ਮਾਡਰਨ ਗੰਨਾ, ਮਸ਼ੀਨ ਗੰਨਾ ਤੇ ਮਾਡਰਨ ਗੰਨਾ, ਲੈ ਕੇ ਸ਼ਸਤਰ ਭਾਰੀ ਚੰਦੋ ਕਲਾਂ ਚ ਘੇਰ ਕੇ ਮਾਂਗਟਾ ਕੀਤੀ ਬਹੁਤ ਖੁਆਰੀ। ਹੋਇਆ ਪਰ ਸੂਰਮਾ ਚਕਮਾ ਦੇ ਕੇ ਮਹਿਤੇ ਦੇ ਵਿੱਚ ਆ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਰੱਖਦਾ ਏ ਕੱਠ ਮਹਿਤੇ ਵਿੱਚ ਦਿੱਤੀ ਆਪ ਗ੍ਰਿਫਤਾਰੀ, ਬਿਨ ਭੜਕਾਟ ਦੇ ਪੁਲਿਸ ਨੇ ਕੀਤੀ ਗੋਲੀ ਬਾਰੀ ਭਾਰੀ। ਦਰਜਣ ਸਿੰਘ ਸ਼ਹੀਦ ਹੋ ਗਏ, ਅਦਲ ਤੱਕ ਸ਼ਰਮਾ ਗਿਆ, ਪਹਿਰੇਦਾਰ ਬਣ ਸਿੱਖ ਕੌਮ ਦਾ ਪਿੰਡਰਾਂ ਵਾਲਾ ਛਾ ਗਿਆ। 25 ਦਿਨ ਦੀ ਪੁੱਛ ਪੜਤਾਲ ਚ ਵਾ ਅਫਸਰਾਂ ਲਾਈ, ਪਰ ਜਦ ਕੋਈ ਸਬੂਤ ਨਹੀਂ ਲੱਭਾ ਕਰਨੀ ਪਈ ਰਿਹਾਈ। ਉਦੋਂ ਹੀ ਗੁਰਮੁਖ ਮਰਦ ਫੋਣ ਲਈ ਸ਼ਾਦਰ ਜਾਲ ਵਿਛਾ ਗਿਆ, ਸੁੱਤੀ ਕੌਮ ਜਗਾ ਕੇ ਘਰ ਘਰ ਪਿੰਡਰਾਂ ਵਾਲਾ ਛਾ ਗਿਆ। ਸਾਡੇ ਪੰਜਾਬ ਦਾ ਮਹਾਨ ਲੇਖਕ ਸਰਦਾਰ ਜਸਵੰਤ ਸਿੰਘ ਕੰਵਲ ਕਹਿੰਦਾ ਹੈ, ਦੇਸ਼ ਦੀ ਵੰਡ ਵੇਲੇ ਅੰਗਰੇਜ਼ ਕਹਿ ਰਿਹਾ ਸੀ ਸਿੱਖੋ ਆਪਣਾ ਵੱਖਰਾ ਖਿੱਤਾ ਲੈ ਲਓ, ਪਰ ਨਹਿਰੂ ਦੇ ਝਾਸੇ ਵਿੱਚ ਆ ਕੇ, ਗਾਂਧੀ ਦੇ ਝਾਸੇ ਵਿੱਚ ਆ ਕੇ, ਨਿੱਕੀ ਜੀ ਗੱਲ ਪਿੱਛੇ ਸਰਦਾਰ ਬਲਦੇਵ ਸਿੰਘ ਉਹਦੀ ਇੱਕ ਕਾਰਖਾਨੀ ਸੀ ਬਿਹਾਰ ਦੀ ਧਰਤੀ ਵਿੱਚ, ਉਹਦੀ ਖਾਤਰ ਸਿੱਖ ਕੌਮ ਨੂੰ ਸਦਾ ਵਾਸਤੇ ਬਲਦੇ ਭੱਠ ਵਿੱਚ ਝੋਕ ਦਿੱਤਾ ਗਿਆ। ਮੁਸਲਮਾਨਾਂ ਨੇ, ਮਿਸਟਰ ਜਨਾਹ ਨੇ ਪਾਕਿਸਤਾਨ ਲੈ ਲਿਆ ਅਤੇ ਮਹਾਤਮਾ ਗਾਂਧੀ ਅਤੇ ਨਹਿਰੂ ਨੇ ਆਖਿਆ ਐਸਾ ਖਿੱਤਾ ਤੁਸੀਂ ਜਿੱਥੇ ਮਾਣ ਕਰ ਸਕੋਗੇ, ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਉਹ ਤੁਹਾਨੂੰ ਦਿੱਤਾ ਜਾਵੇਗਾ। 17 ਵਾਅਦੇ ਕੀਤੇ ਗਏ, ਪਰ ਅਫਸੋਸ ਜਦੋਂ ਦੇਸ਼ ਆਜ਼ਾਦ ਹੋ ਗਿਆ ਇੱਕ ਵੀ ਵਾਅਦਾ ਸਾਡਾ ਪੂਰਾ ਨਹੀਂ ਕੀਤਾ ਗਿਆ। ਪੰਜਾਬੀ ਸੂਬੇ ਵਾਸਤੇ ਵੀ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ, 57,000 ਬੰਦਾ ਜੇਲ੍ਹੀ ਗਿਆ, ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਬਾਕੀ ਸੂਬੇ ਬੋਲੀ ਦੇ ਆਧਾਰ 'ਤੇ ਬਣਾ ਦਿੱਤੇ ਗਏ, ਪਰ ਪੰਜਾਬ ਨੂੰ, ਸਿੱਖਾਂ ਨੂੰ ਇਹਦੇ ਵਾਸਤੇ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। ਉਸ ਤੋਂ ਬਾਅਦ ਬਹੁਤ ਸਾਰੇ ਵਿਤਕਰੇ ਸਾਡੇ ਨਾਲ ਹੁੰਦੇ ਚਲੇ ਆਏ, ਆਖਿਰਕਾਰ ਬਾਬਾ ਜਰਨੈਲ ਸਿੰਘ, ਉਹਨਾਂ ਦੇ ਨਿਕਟ ਵਰਤੀ ਭਾਈ ਅਮਰੀਕ ਸਿੰਘ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਔਰ ਬਾਬਾ ਥਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਵਾਸਤੇ ਬਾਬਾ ਜੀ ਨੇ ਮੋਰਚਾ ਲਾਇਆ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੋਂ, 51-51 ਸਿੰਘ ਰੋਜ਼ ਭੇਜਣੇ ਸ਼ੁਰੂ ਕੀਤੇ। ਇੱਧਰ ਕਪੂਰੀ ਦਾ ਮੋਰਚਾ ਅਕਾਲੀ ਦਲ ਦਾ ਫੇਲ ਹੋ ਚੁੱਕਾ ਸੀ, ਉਹਨੇ ਸੋਚਿਆ ਕਿਉਂ ਨਾ ਬਾਬਾ ਜੀ ਦੇ ਨਾਲ ਰਲ ਕੇ ਇਹ ਸਾਂਝਾ ਮੋਰਚਾ ਚਲਾਇਆ ਜਾਵੇ। ਸੋ 4 ਅਗਸਤ ਨੂੰ ਸਾਂਝਾ ਮੋਰਚਾ ਚਲਾਇਆ ਗਿਆ, ਜਥੇ ਜਾਣ ਲੱਗੇ ਹਜ਼ਾਰਾਂ ਹੀ ਨਹੀਂ ਲੱਖਾਂ ਲੋਕ ਜਥਿਆਂ ਵਿੱਚ ਗਏ। 34 ਬੰਦੇ ਤਰਨ ਤਾਰਨ ਰੇਲ ਗੱਡੀ ਨਾਲ ਟਕਰਾ ਕੇ ਬੱਸ ਰਾਹੀਂ ਕੌਮ ਦੇ ਹੀਰੇ ਸ਼ਹੀਦ ਹੋ ਗਏ। ਬਹੁਤ ਕੁਝ ਹੋਇਆ, ਖੂਨ ਖਰਾਬਾ ਬਹੁਤ ਵੱਧ ਗਿਆ। ਤਾਂ ਐਸੇ ਹਾਲਾਤ ਵੇਖ ਕੇ ਬੀਬੀ ਰਾਣੀ ਇੰਦਰਾ ਨੇ ਆਪਣੇ ਦੂਤ ਨੂੰ ਭੇਜਿਆ ਅੰਮ੍ਰਿਤਸਰ ਦੀ, ਸਾਰੇ ਪੰਜਾਬ ਦੀ ਖਾਸ ਕਰਕੇ ਖਬਰ ਲਿਆਂਦੀ ਜਾਵੇ। ਉਹ ਆਇਆ ਦੂਤ, ਜੋ ਕੁਝ ਉਹਨੇ ਪੰਜਾਬ ਦੀ ਧਰਤੀ 'ਤੇ ਆ ਕੇ ਵੇਖਿਆ, ਰਿਪੋਰਟ ਦੇ ਰਿਹਾ ਕਿ ਪੰਜਾਬ ਦੀ ਧਰਤੀ ਅੰਦਰ ਕੇਵਲ ਅਤੇ ਕੇਵਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਬੋਲਬਾਲਾ ਹੈ। ਵੱਡੇ ਵੱਡੇ ਲੀਡਰ ਅਕਾਲੀ ਦਲ ਦੇ ਅਤੇ ਹੋਰ ਵੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਅਫਸਰ ਉਹਦੇ ਇੱਕ ਇਸ਼ਾਰੇ 'ਤੇ ਚੱਲਦੇ ਹਨ। ਇੱਕੋ ਹੀ ਗੱਲ ਲੋਕ ਕਹਿ ਰਹੇ ਹੈ, ਅਨੰਦਪੁਰ ਦਾ ਮਤਾ ਜੋ ਰਿਪੋਰਟਰ ਨੇ ਬੀਬੀ ਇੰਦਰਾ ਨੂੰ ਜਾ ਕੇ ਦਿੱਤੀ, ਉਹਦਾ ਵੇਰਵਾ ਜੋਗਾ ਸਿੰਘ ਜੋਗੀ ਕਮਿਸ਼ਨਰ ਦਾ ਜੱਥਾ, ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ, ਨਰਿੰਦਰ ਸਿੰਘ ਰੂਪੋਵਾਲੀਆ ਇਉਂ ਬਿਆਨ ਕਰਦੇ ਹਨ। ਕਿਹਾ ਰਿਪੋਰਟਰ ਨੇ ਬੀਬੀ ਨੂੰ ਆ ਕੇ ਤੇ ਸਭ ਸੱਚੀਆਂ ਗੱਲਾਂ ਨੇ ਸੁਣਿਓ ਕੰਨ ਲਾ ਕੇ ਤੇ। ਜਿੱਤ ਹੋਊ ਖਾਲਸੇ ਦੀ ਉਹ ਟਾਰਾਂ ਲਾਉਂਦੇ ਨੇ, ਦਿਓ ਮਤਾ ਅਨੰਦਪੁਰ ਦਾ ਸਭ ਲੋਕੀ ਆਉਂਦੇ ਨੇ। ਕਿਹਾ ਰਿਪੋਰਟਰ ਨੇ ਬੀਬੀ ਨੂੰ ਆ ਕੇ ਤੇ ਸਭ ਸੱਚੀਆਂ ਗੱਲਾਂ ਨੇ ਸੁਣਿਓ ਕੰਨ ਲਾ ਕੇ ਤੇ। ਜਿੱਤ ਹੋਊ ਖਾਲਸੇ ਦੀ ਉਹ ਟਾਰਾਂ ਲਾਉਂਦੇ ਨੇ, ਦਿਓ ਮਤਾ ਅਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਨੂੰ ਸਮਝਣਿਓ ਕਿ ਹਸਤੀ ਵੱਖਰੀ ਏ ਸੰਵਿਧਾਨ ਬਰਾਬਰ ਨੂੰ ਉਹ ਸਮਝਣ ਅੱਖਰੀ ਏ ਬਹੁਤੇ ਅਧਿਕਾਰਾਂ ਦੀ ਉਹ ਰੱਟ ਲਗਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਕੁਰਬਾਨੀ ਸਿੱਖਾਂ ਦੀ ਉਹ ਬਹੁਤੀ ਦੱਸਦੇ ਨੇ ਸਾਡਾ ਧਰਮ ਗੁਲਾਮ ਹੋਇਆ ਉਹ ਤੋੜੇ ਕੱਸਦੇ ਨੇ ਉਹ ਹਿੰਦੂਆਂ ਨੂੰ ਦੇਸ਼ ਲਈ ਫਿਰਕੂ ਬਦਲਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਟ੍ਰਾਂਸਮੀਟਰ ਮੰਗਦੇ ਨੇ ਟ੍ਰਾਂਸਮੀਟਰ ਮੰਗਦੇ ਨੇ ਬਾਣੀ ਪ੍ਰਸਾਰਣ ਲਈ ਅੰਮ੍ਰਿਤਸਰ ਸ਼ਹਿਰ ਤਾਈਂ ਚਾਹੁੰਦੇ ਸਤਿਕਾਰਨ ਲਈ ਉਹ ਪਵਿੱਤਰ ਦਰਜਾ ਓ ਇਸ ਸ਼ਹਿਰ ਦਾ ਚਾਹੁੰਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਚਾਰ ਮਹਿਕਮੇ ਸੈਂਟਰ ਨੂੰ ਉਹ ਦੇਣੇ ਕਹਿੰਦੇ ਨੇ ਇਸ ਦੇਸ਼ ਲਈ ਮਰਨ ਵਾਲੇ ਅੱਜ ਦੁੱਖੜੇ ਸਹਿੰਦੇ ਨੇ ਉਹ ਸਰਹੱਦ ਦੇ ਮਰਨ ਵਾਲੇ ਫਿਰਦੇ ਕੁਰ ਲਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਉਹ ਕਹਿੰਦੇ ਸੈਂਟਰ ਨੂੰ ਹੁਣ ਲੁੱਟ ਨਹੀਂ ਹੋਣ ਦੇਣੀ ਮਜ਼ਦੂਰ ਕਿਸਾਨਾਂ ਦੀ ਹੁਣ ਰੱਤ ਨਹੀਂ ਚੋਣ ਦੇਣੀ ਉਹ ਮੁੱਲ ਸਾਡੀਆਂ ਜਿਣਸਾਂ ਦੇ ਕਿਉਂ ਲਾਲੇ ਪਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਸੰਤ ਲੌਂਗੋਵਾਲੀਆ ਵੀ ਇਹ ਪੱਕੀ ਠਾਣ ਬੈਠਾ ਅਸਾਂ ਮੋਰਚਾ ਜਿੱਤਣਾ ਏ ਡਟ ਛਾਤੀ ਤਾਣ ਬੈਠਾ ਓਏ ਅਸੀਂ ਮਰਨ ਨੂੰ ਡਰਦੇ ਨਹੀਂ ਇਤਿਹਾਸ ਦੁਹਰਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਪਿੰਡਰਾਂ ਵਾਲਾ ਜੋ ਹੈ ਪਿੰਡਰਾਂ ਵਾਲਾ ਜੋ ਉਹਦਾ ਪੱਲੜਾ ਭਾਰੀ ਆ ਧਰਮ ਜੁੱਦ ਮੋਰਚੇ ਤੇ ਉਸ ਦੀ ਸਰਦਾਰੀ ਆ ਜੋ ਮਿਲਦੇ ਸੰਤ ਤਾਈ ਉਹਦੇ ਹੋ ਜਾਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਉਹਦੇ ਇੱਕ ਇਸ਼ਾਰੇ ਤੇ ਸਭ ਲੋਕੀ ਮਰਦੇ ਨੇ ਜੋ ਉਹਦੇ ਮੂੰਹੋਂ ਨਿਕਲੇ ਝੱਟ ਪੂਰਾ ਕਰਦੇ ਨੇ ਓਏ ਸੰਤ ਦੇ ਪੈਰ ਥੱਲੇ ਸਭ ਨੈਣ ਵਿਛਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਹਰ ਸਿੱਖ ਦੇ ਦਿਲ ਉੱਤੇ ਉਸ ਸੰਤ ਦੀ ਛਾਪ ਦਿਸੇ ਹਰ ਸਿੱਖ ਦੇ ਬੋਲਾਂ ਚ ਉਹ ਬੋਲਦਾ ਆਪ ਦਿਸੇ ਜਿੰਦ ਜਾਨ ਸਿੱਖਾਂ ਦੀ ਉਸ ਨੂੰ ਫਰਮਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਤੋੜਾ ਤਲਵੰਡੀ ਵੀ ਉਹਦੇ ਪਿੱਛੇ ਚੱਲਦੇ ਨੇ ਸਿੱਖ ਧਨੀ ਵਿਦੇਸ਼ਾਂ ਚੋਂ ਉਹਨੂੰ ਪੈਸੇ ਠੱਲਦੇ ਨੇ ਸੁਖਜਿੰਦਰ ਸਿੰਘ ਵਰਗੇ ਉਸ ਦਾ ਹੁਕਮ ਵਜਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਮੋਟਰਸਾਈਕਲ ਵਾਲਿਆਂ ਨੇ ਮੋਟਰਸਾਈਕਲ ਵਾਲਿਆਂ ਨੇ ਦੇਸ਼ ਵਿੱਚ ਆਫਤ ਆਉਂਦੀ ਏ ਜਿਹਨੂੰ ਮਰਜ਼ੀ ਰੇੜ ਦਿੰਦੇ ਇਹ ਗੱਲ ਸਤਾਉਂਦੀ ਏ ਉਹ ਜੋ ਗੱਲ ਖਿਲਾਫ ਕਰੇ ਉਸ ਨੂੰ ਪਾਰ ਬੁਲਾਉਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਦਿੱਲੀ ਦੇ ਤਖਤ ਉੱਤੇ ਕਹਿੰਦਾ ਝੰਡਾ ਗੱਡਣਾ ਏ ਕੋਈ ਵੱਡਾ ਆਪਣੇ ਤੋਂ ਨਾ ਆਕੀ ਛੱਡਣਾ ਏ ਕਵਤਾਰ ਆਈ ਜੀ ਵੀ ਉਸ ਤੋਂ ਪੈ ਖਾਂਦੇ ਨੇ ਦਿਉ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਬਸ ਪਿੰਡਰਾਂ ਵਾਲਾ ਹੀ ਬਸ
ਭਿੰਡਰਾਂ ਵਾਲਾ ਹੀ ਅੱਜ ਹੀਰੋ ਬਣ ਗਿਆ ਏ ਉਹ ਸਮਝੋ ਸੈਂਟਰ ਲਈ ਇੱਕ ਮੁੱਕਾ ਤਣ ਗਿਆ ਏ ਗੁਣ ਉਸਦੇ ਜੋਗੀ ਕਹੇ ਸਭ ਗੁਰਮੁਖ ਗਾਉਂਦੇ ਨੇ ਜੋ ਮਤਾ ਅਨੰਦਪੁਰ ਦਾ ਸਭ ਲੋਕੀ ਆਉਂਦੇ ਨੇ ਇਹ ਸੁਣ ਕੇ ਬੀਬੀ ਇੰਦਰਾ ਗੁੱਸੇ ਵਿੱਚ ਆ ਗਈ ਬੀਬੀ ਜੀ ਤੇ ਅਸਲ ਵਿੱਚ ਬਹੁਤ ਸਾਰੇ RSS ਦੇ ਆਗੂਆਂ ਔਰ ਭਾਰਤੀ ਜਨਤਾ ਪਾਰਟੀ ਤੇ ਹੋਰ ਪਾਰਟੀਆਂ ਦਾ ਬਹੁਤ ਭਾਰੀ ਦਬਾਅ ਸੀ ਉਹ ਬਾਰ ਬਾਰ ਕਹਿ ਰਹੇ ਸਨ ਜਲਦੀ ਤੋਂ ਜਲਦੀ ਇਸ ਸੰਤ ਨੂੰ ਪਕੜਿਆ ਜਾਵੇ ਜਿਹਨੇ ਅਮਨ ਸ਼ਾਂਤੀ ਨੂੰ ਅੱਗ ਲਾਈ ਹੋਈ ਹੈ ਬੀਬੀ ਇੰਦਰਾ ਨੇ 1 ਜੂਨ 1984 ਨੂੰ ਪੰਜਾਬ ਦੀ ਧਰਤੀ ਤੇ 6 ਲੱਖ ਫੌਜ ਭੇਜ ਦਿੱਤੀ ਹੈ ਫੌਜੀਆਂ ਨੂੰ ਜਰਨੈਲਾਂ ਨੂੰ ਹੁਕਮ ਦਿੱਤਾ ਹੈ ਕਿਸੇ ਵੀ ਕੀਮਤ 'ਤੇ ਜਰਨੈਲ ਸਿੰਘ ਭਿੰਡਰਾਂਵਾਲਾ ਫੜ ਕੇ ਮੇਰੇ ਸਾਹਮਣੇ ਲਿਆ ਕੇ ਪੇਸ਼ ਕੀਤਾ ਜਾਵੇ ਨਾਲ ਉਸਨੇ 2 ਜੂਨ ਵਾਲੇ ਦਿਨ ਸ਼ਾਮ ਨੂੰ 8 ਵਜੇ ਕੌਮ ਦੇ ਨਾਮ ਇੱਕ ਸੰਦੇਸ਼ ਦਿੱਤਾ ਬਹੁਤ ਹਾਲਾਤ ਖਰਾਬ ਹੋ ਗਏ ਹਨ ਲੋੜ ਹੈ ਅਮਨ ਸ਼ਾਂਤੀ ਕਾਇਮ ਰੱਖੀ ਜਾਵੇ ਕੁਝ ਲੋਕ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਬਣ ਗਏ ਹਨ ਮੈਂ ਕਿਸੇ ਸ਼ਰਤ 'ਤੇ ਵੀ ਅੱਤਵਾਦੀਆਂ ਨੂੰ ਸਿਰ ਨਹੀਂ ਚੁੱਕਣ ਦਿਆਂਗੀ ਜੋ ਲਲਕਾਰ ਬੀਬੀ ਇੰਦਰਾ ਨੇ ਅੱਤਵਾਦੀਆਂ ਨੂੰ ਸੋਧਣ ਵਾਸਤੇ ਮਾਰੀ ਉਹਦਾ ਵੇਰਵਾ ਜੋਗਾ ਸਿੰਘ ਜੋਗੀ ਕਮਿਸ਼ਨ ਦਾ ਜੱਥਾ ਕਿਉਂ ਬਿਆਨ ਕਰਦਾ ਹੈ ਮਾਣ ਨਾਲ ਆਖੇ ਪ੍ਰਧਾਨ ਮੰਤਰੀ ਮੈਂ ਹਾਂ ਦੇਸ਼ ਭਾਰਤ ਦੀ ਸ਼ਾਨ ਮੰਤਰੀ ਉਹ ਵੱਖਵਾਦੀ ਮੈਰਾ ਸਿਰ ਤੇ ਚੜਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਮਾਣ ਨਾਲ ਆਖੇ ਪ੍ਰਧਾਨ ਮੰਤਰੀ ਮੈਂ ਹਾਂ ਦੇਸ਼ ਭਾਰਤ ਦੀ ਸ਼ਾਨ ਮੰਤਰੀ ਉਹ ਵੱਖਵਾਦੀ ਮੈਰਾ ਸਿਰ ਤੇ ਚੜਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਨੀਂਦ ਸਾਡੀ ਕੀਤੀ ਹੈ ਹਰਾਮ ਜਿੰਨਾ ਨੇ ਸੁਬਾਹ ਨੂੰ ਬਣਾਇਆ ਹੋਇਆ ਸ਼ਾਮ ਜਿੰਨਾ ਨੇ ਉਹ ਯਾਦ ਰਹਿਣ ਚੜੇ ਲੋਹੇ ਦੇ ਚਮਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਪਤਾ ਲੱਗਾ ਸਾਰੀ ਪਿੰਡਰਾਂ ਦੀ ਕਾਰ ਪਤਾ ਲੱਗਾ ਸਾਰੀ ਪਿੰਡਰਾਂ ਦੀ ਕਾਰ ਸੋਚਾਂ ਵਿੱਚ ਪਾਤੀ ਹਿੰਦ ਸਰਕਾਰ ਢਿੱਲੇ ਹੱਥੀਂ ਕੰਮ ਨਾ ਸੂਦ ਆਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਤੋਪਾਂ ਤੋਂ ਡਰੇ ਨਾ ਕਿਰਪਾਨਾ ਕੱਸੇ ਜੋ ਸਭ ਨਾਲੋਂ ਉੱਚਾ ਖਾਲਸੇ ਨੂੰ ਦੱਸੇ ਜੋ ਮੌਤ ਨਾਲ ਹੱਥ ਜਾਪਦੇ ਮਲਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਸੋ ਵਿੱਚੋਂ ਡੇੜ ਹੋ ਕੇ ਰੋਬ ਦੱਸਦਾ ਡਰੇ ਨਾ ਕਿਸੇ ਤੋਂ ਫਿਰੇ ਤੀਰ ਕੱਸਦਾ ਬੋਲ ਨਾ ਸਕਣ ਐਸੇ ਰਾਹੇ ਪਾਉਣੇ ਨੇ ਬੋਲ ਨਾ ਸਕਣ ਐਸੇ ਰਾਹੇ ਪਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਨਿਰੰਕਾਰੀ ਦੱਸੋ ਕਿਸੇ ਦਾ ਕੀ ਲੈਂਦੇ ਨੇ ਆਪਣੇ ਵਿਚਾਰਾਂ ਦੀ ਉਹ ਗੱਲ ਕਹਿੰਦੇ ਨੇ ਚਾਹੀਦੇ ਖਿਆਲ ਸਭ ਨੂੰ ਵਟਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਆਪਣਾ ਧਰਮ ਸਭ ਨੂੰ ਪਿਆਰਾ ਏ ਕੰਮ ਆਉਂਦਾ ਆਪੋ ਆਪਣਾ ਸਤਾਰਾ ਏ ਹਿੰਦੂਆਂ ਨੂੰ ਸਿੱਖ ਮਾਰ ਨੂੰ ਹਟਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਰਾਂਝਿਆਂ ਨੂੰ ਹੀਰ ਮਿਲੇ ਕਿਉਂ ਸਿਆਲਾਂ ਦੀ ਉਹ ਮੁਫਤੀ ਪਰੌਂਠੇ ਨਾ ਕਿਸੇ ਛਕਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਵੇਲਿਆਂ ਨੇ ਵੇਲੇ ਸਾਧ ਨੂੰ ਵਿਗਾੜਿਆ ਨਿੱਕੇ ਨਿੱਕੇ ਲੀਡਰਾਂ ਨੇ ਸਿਰੇ ਚਾੜਿਆ ਲੁੱਟ ਖਾਣਿਆਂ ਦੇ ਅਸਰ ਘਟਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ ਰਾਸ਼ਟਰਪਤੀ ਤੋਂ ਲਿਖਵਾ ਕੇ ਲੈ ਜਾਵੋ ਮੰਦਰ ਦਾ ਮਾਲਕ ਚੁਫੇਰਾ ਬਹਿ ਜਾਵੋ ਬਦੀਆਂ ਦੇ ਬਾਗ ਜੜ ਤੋਂ ਪਟਾਉਣੇ ਨੇ ਅੱਤਵਾਦੀ ਸਾਰੇ ਦੇਸ਼ ਚੁਮਕਾਉਣੇ ਨੇ
ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੋਂ ਸਾਈਨ ਕਰਵਾ ਕੇ 6 ਲੱਖ ਫੌਜ ਪੰਜਾਬ ਦੀ ਧਰਤੀ 'ਤੇ ਭੇਜ ਦਿੱਤੀ ਗਈ, ਜਿਹਦੇ ਵਿੱਚੋਂ 1,33,000 ਇਸ ਅਕਾਲ ਤਖ਼ਤ ਦੇ ਆਲੇ ਦੁਆਲੇ, 2 ਲੱਖ ਬੰਦਾ 25 ਕਿਲੋਮੀਟਰ ਦੇ ਘੇਰੇ ਵਿੱਚ, ਅਤੇ ਬਾਕੀ ਫੌਜ ਸਾਰੇ ਪੰਜਾਬ ਵਿੱਚ ਬਾਕੀ ਗੁਰਦੁਆਰਿਆਂ ਦੇ ਦੁਆਲੇ ਵੀ ਤਾਇਨਾਤ ਕਰ ਦਿੱਤੀ ਗਈ। ਇਹ ਹਮਲਾ ਕਰਨ ਤੋਂ ਪਹਿਲਾਂ 1 ਜੂਨ ਵਾਲੇ ਦਿਨ 12 ਵਜੇ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ। ਆਖਿਰਕਾਰ ਕੁਲਦੀਪ ਸਿੰਘ ਬਰਾੜ ਇਹ ਵੀ ਗੱਲ ਕਹਿੰਦਾ ਹੈ, ਕੁਝ ਗੁਰਸਿੱਖ ਫੌਜੀਆਂ ਨੂੰ ਬਾਬਾ ਜੀ ਵੱਲੇ ਭੇਜਿਆ ਗਿਆ ਇੱਕ ਪੈਕੇਜ ਦੇ ਕੇ ਕਿ ਜੇ ਤੁਸੀਂ ਸਾਡੀ ਗੱਲ ਮੰਨ ਲਵੋ। ਇੰਦਰਾ ਗਾਂਧੀ ਕਹਿ ਰਹੀ ਸੀ, ਸਰਕਾਰ ਕਹਿ ਰਹੀ ਸੀ ਦਿੱਲੀ ਦੀ, ਕਿ ਤੁਹਾਨੂੰ $1 ਅਰਬ US ਦਿੱਤਾ ਜਾਵੇਗਾ, ਇਹ ਤੁਹਾਡੇ 10 ਸ਼ਰਧਾਲੂਆਂ ਦੇ ਨਾਂ ਕੈਨੇਡਾ ਦੀ ਧਰਤੀ ਵਿੱਚ ਕਰ ਦਿੱਤਾ ਜਾਵੇਗਾ, ਔਰ ਤੁਹਾਨੂੰ ਕਿਸੇ ਯੂਰਪ 'ਚ ਕਿਸੇ ਵੀ ਦੇਸ਼ 'ਚ ਪੱਕਾ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਇਹ ਗੱਲ ਪ੍ਰਵਾਨ ਨਹੀਂ ਤਾਂ ਤੁਹਾਨੂੰ ਪਾਕਿਸਤਾਨ ਭੇਜਿਆ ਜਾ ਸਕਦਾ ਹੈ ਤਾਂ ਕਿ ਖੂਨ ਖਰਾਬਾ ਨਾ ਹੋਵੇ। ਆਖਰੀ ਗੱਲ ਇਹ ਵੀ ਕਹੀ ਗਈ ਕਿ ਤੁਹਾਨੂੰ ਸੈਂਸਰ ਲਾ ਕੇ ਸੈਂਟਰ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੱਤਾ ਜਾਂਦਾ ਹੈ। ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਹੋਵੇਗਾ, ਜਿੰਨੇ ਵੀ ਸਾਡੇ ਕਾਂਗਰਸੀ MLA ਹਨ ਉਹ ਤੁਹਾਡਾ ਸਮਰਥਨ ਕਰਨਗੇ। ਪਰ ਬਾਬਾ ਜੀ ਇਹਨਾਂ ਗੱਲਾਂ ਤੋਂ ਬਹੁਤ ਉੱਚੇ ਸਨ, ਉਹ ਕਿਸੇ ਲਾਲਚ ਵਾਸਤੇ ਕਿਸੇ ਗੱਦੀ ਵਾਸਤੇ ਨਹੀਂ ਸਨ ਲੜ ਰਹੇ, ਉਹ ਕੇਵਲ ਅਤੇ ਕੇਵਲ ਪੰਜਾਬ ਦੇ ਕੌਮ ਦੇ ਵਕਾਰ ਦੀ ਲੜਾਈ ਲੜ ਰਹੇ ਸਨ, ਹੱਕਾਂ ਦੀ ਲੜਾਈ ਵਾਸਤੇ ਉਹ ਗੁਰੂ ਕੇ ਲਾਲ ਜੂਝ ਰਹੇ ਸਨ। ਬਰਾੜ ਇਹ ਵੀ ਲਿਖਦਾ ਹੈ ਕਿ ਮੈਨੂੰ ਜਨਰਲ ਵੈਦਿਆ ਵੱਲੋਂ ਕੇ ਸੁੰਦਰ ਜੀ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਕਿ ਲੜਾਈ ਲੜਦੇ ਸਮੇਂ ਪੂਰਾ ਫੌਜੀ ਬਲ ਇਹਦਾ ਪ੍ਰਯੋਗ ਕੀਤਾ ਜਾਵੇ, ਕਿਸੇ ਵੀ ਅੱਤਵਾਦੀ ਨੂੰ ਬਖਸ਼ਿਆ ਨਾ ਜਾਵੇ। ਨਾਲ ਦੇ ਨਾਲ ਜੇ ਕੋਈ ਸ਼ਰਨ ਆਉਣਾ ਚਾਹੇ, ਗ੍ਰਿਫਤਾਰ ਹੋਣਾ ਚਾਹੇ, ਉਹਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਪੇਸ਼ ਕੀਤਾ ਜਾਵੇ। ਇਹਦੇ ਨਾਲ ਦੇ ਨਾਲ ਔਰਤਾਂ ਦੇ ਜੇ ਕੋਈ ਬੰਦਾ ਬੇਇੱਜ਼ਤੀ ਵੀ ਕਰਦਾ ਹੋਊ ਜੀ, ਉਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ, ਕਿਸੇ ਫੌਜੀ ਅਫਸਰ ਦਾ ਕਿਸੇ ਬੰਦੇ ਦਾ ਕੋਰਟ ਮਾਰਸ਼ਲ ਨਾ ਹੋਵੇ, ਕਿਸੇ ਯਾਤਰੂ ਨੂੰ ਗੋਲੀ ਨਾ ਮਾਰੀ ਜਾਵੇ, ਸਗੋਂ ਉਹਨੂੰ ਪਿਆਸਾ ਰੱਖਿਆ ਜਾਵੇ। ਬੜੇ ਬੇਝਿਜਕ ਹੋ ਕੇ, ਬੇਕਿਰਕ ਹੋ ਕੇ ਕਿਤੇ ਵੀ ਹਮਲਾ ਕੀਤਾ ਜਾਵੇ, ਭਾਵੇਂ ਉਹ ਹਰਿਮੰਦਰ ਸਾਹਿਬ ਕਿਉਂ ਨਾ ਹੋਵੇ। 2 ਘੰਟਿਆਂ ਵਿੱਚ ਅਕਾਲ ਤਖ਼ਤ 'ਤੇ ਹਮਲਾ ਕਰਕੇ 5 ਘੰਟਿਆਂ ਵਿੱਚ ਪੂਰਾ ਕਬਜ਼ਾ ਅਕਾਲ ਤਖ਼ਤ 'ਤੇ ਕਰ ਲਿਆ ਜਾਵੇ, ਸੰਤਾਂ ਨੂੰ ਪਕੜ ਕੇ ਜਲਦੀ ਜਹਾਜ਼ ਰਾਹੀਂ ਦਿੱਲੀ ਪਹੁੰਚਾਇਆ ਜਾਵੇ। ਪਹਿਲਾਂ ਇਹ CID ਰਾਹੀਂ ਪਤਾ ਕਰ ਲਿਆ ਗਿਆ ਸੀ, ਸੰਤਾਂ ਦੇ ਕੋਲ 300 ਤੋਂ ਲੈ ਕੇ 500 ਕੁਝ ਬੰਦੇ ਹਨ, ਦੇਸੀ ਰਫਲਾਂ ਹਨ, ਕੁਝ ਵੱਡੇ ਮੂੰਹ ਵਾਲੀਆਂ ਰਫਲਾਂ ਹਨ। ਇਹ ਸੋਚ ਕੇ ਕਿ ਰਾਤ ਨੂੰ ਹੱਲਾ ਕਰਾਂਗੇ 11 ਵਜੇ ਅਤੇ 5 ਵਜੇ ਨੂੰ ਸੰਤ ਨੂੰ ਹੜ ਕੇ 1 ਵਜੇ ਦੁਪਹਿਰੇ ਦਿੱਲੀ ਪਹੁੰਚਾ ਦਿੱਤਾ ਜਾਵੇ। ਹੁਣ ਬਿਜਲੀ ਦੇ ਸਾਰੇ ਕਨੈਕਸ਼ਨ ਕੱਢ ਦਿੱਤੇ ਗਏ, ਸਕੀਮ ਇਹ ਬਣੀ ਕਿ ਰਾਤ ਨੂੰ 10 ਵਜੇ 2200 ਬੰਦਾ, ਜਿਹਦੇ ਵਿੱਚੋਂ 1880 ਉਹ ਜਵਾਨ ਜਿਨ੍ਹਾਂ ਨੇ 1971 ਦੀ ਜੰਗ ਵਿੱਚ 95,000 ਬੰਦੇ ਕੋਲੋਂ ਹਥਿਆਰ ਸੁਟਵਾਏ ਸਨ, ਉਹ ਜੇਤੂ ਜੰਡੇਲਾ ਨੂੰ ਭੇਜਿਆ ਗਿਆ। ਇਹਨਾਂ ਦੇ ਪਿੱਛੇ ਇਹ ਹੇਠਲੇ ਸਮੂਹ ਵਿੱਚ ਜਾ ਕੇ ਦਾਖਲ ਹੋਣਗੇ, ਇਹਨਾਂ ਦੇ ਪਿੱਛੇ ਕਵਚ ਦੇ ਰੂਪ ਅੰਦਰ 1700 ਜਵਾਨ ਅੰਦਰ ਦਾਖਲ ਹੋਵੇਗਾ, ਜੋ ਲਗਾਤਾਰ ਫਾਇਰਿੰਗ ਕਰੇਗਾ ਅਤੇ ਥੋੜ੍ਹਿਆਂ ਘੰਟਿਆਂ ਵਿੱਚ ਹੀ ਬਾਬਾ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਕਿਉਂਕਿ 10,000 ਬੰਦਾ ਹੋਰ ਪਿੱਛੇ ਭੇਜਿਆ ਜਾਵੇਗਾ। ਪਰ ਉੱਧਰ ਵੀ ਜਨਰਲ ਸ਼ਵੇਗ ਸਿੰਘ ਹੈ, ਜਦੋਂ ਆਏ ਮਾਰਦੇ ਥੱਲੇ ਗੁਰੂ ਕੇ ਲਾਲਾਂ ਨੇ ਜਿਵੇਂ ਇਹਨਾਂ ਦਾ ਸਵਾਗਤ ਕੀਤਾ, ਉਹਦਾ ਵੇਰਵਾ ਜੋਗਾ ਸਿੰਘ ਜੋਗੀ ਕਮਿਸ਼ਨ ਦਾ ਜੱਤਾ ਹੈ, ਉਹ ਬਿਆਨ ਕਰਦਾ ਹੈ। ਮੁੱਠੀ ਭਾਰ ਸਿੰਘਾਂ ਸੂਰਿਆਂ ਆਉਂਦੇ ਫੌਜੀਆਂ ਦੇ 70 ਵਿਸ਼ਾਦ ਤੇ, ਮੁੱਠੀ ਭਾਰ ਸਿੰਘਾਂ ਸੂਰਿਆਂ ਆਉਂਦੇ ਫੌਜੀਆਂ ਦੇ 70 ਵਿਸ਼ਾਦ ਤੇ, ਤਖਤ ਦੇ ਰਾਖੇ ਜੋਰਿਆਂ ਹੋਇਆ ਇੰਦਰਾਂ ਦਾ ਭਾਸ਼ਣ ਜਾਂ ਬੰਦ ਸੀ, ਉਹ ਹੋਇਆ ਇੰਦਰਾਂ ਦਾ ਭਾਸ਼ਣ ਜਾਂ ਬੰਦ ਸੀ, 2 ਜੂਨ ਦਾ ਜਾਂ ਬਾਹਰ ਆਇਆ ਚੰਦ ਸੀ, ਉਹ 2 ਜੂਨ ਦਾ ਜਾਂ ਬਾਹਰ ਆਇਆ ਚੰਦ ਸੀ, 10:30 ਵਜੇ ਘਰ ਪਰ ਬੰਦ ਸੀ, ਉਹ 10:30 ਵਜੇ ਘਰ ਪਰ ਬੰਦ ਸੀ, ਜਦੋਂ ਫੌਜੀਆਂ ਸੀ ਕਦਮ
ਗਈ ਓ ਮੱਚੀ ਹਾਹਾਕਾਰ ਸੁੱਧ ਬੁੱਧ ਭੁੱਲ ਗਈ ਮਨੋ ਕੈਰ ਦੀ ਹਨੇਰੀ ਕੋਈ ਝੁੱਲ ਗਈ ਓ ਮਨੋ ਕੈਰ ਦੀ ਹਨੇਰੀ ਕੋਈ ਝੁੱਲ ਗਈ ਐਸੇ ਫੌਜੀਆਂ ਦੇ ਆਹੂ ਸਿੰਘਾਂ ਲਾ ਦਿੱਤੇ ਮੁੱਠੀ ਭਰ ਸਿੰਘਾਂ ਸੂਰਿਆਂ ਆਉਂਦੇ ਫੌਜੀਆਂ ਦੇ ਛਤਰ ਵਿਛਾ ਦਿੱਤੇ ਤਖਤ ਦੇ ਰਾਖੇ ਜੋਧਿਆਂ ਕੁਲਦੀਪ ਬਰਾੜ ਕਹਿੰਦਾ ਸਾਡੀ ਸਾਰੀ ਸਕੀਮ ਫੇਲ ਹੋ ਗਈ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਇਹਨਾਂ ਦੋਹਾਂ ਦਲਾਂ ਵਿੱਚੋਂ 2076 ਬੰਦੇ ਮਾਰੇ ਗਏ ਆਖਿਰਕਾਰ ਬਾਬਾ ਜੀ ਨੂੰ ਬੇਨਤੀ ਕੀਤੀ ਗਈ ਸਾਨੂੰ ਇਹ ਲਾਸ਼ਾਂ ਚੁੱਕ ਲੈਣ ਦਿੱਤੀਆਂ ਜਾਣ ਨਹੀਂ ਤਾਂ ਇੱਥੇ ਬਦਬੋ ਫੈਲ ਜਾਵੇਗੀ ਭਾਰੀ ਬਿਮਾਰੀ ਦਾ ਖਤਰਾ ਹੈ ਸਾਡੀ ਬੇਨਤੀ ਮੰਨ ਕੇ ਬਾਬਾ ਜੀ ਨੇ ਜਦੋਂ ਆਗਿਆ ਦਿੱਤੀ 300 ਭੰਗੀ ਮੰਗਵਾਏ ਗਏ ਜਿਨ੍ਹਾਂ ਨੇ 1.5 ਘੰਟੇ ਵਿੱਚ ਇਹਨਾਂ ਜ਼ਖਮੀਆਂ ਨੂੰ ਅਤੇ ਲਾਸ਼ਾਂ ਨੂੰ ਚੁੱਕਿਆ ਬਰਾੜ ਕਹਿੰਦਾ ਇਹਨਾਂ ਵਿੱਚੋਂ ਵੀ ਕੇਵਲ 164 ਬੰਦੇ ਸਹੀ ਸਲਾਮਤ ਸਨ 3900 ਵਿੱਚੋਂ ਕੇਵਲ 164 ਬਾਕੀ ਸਾਰੇ 2-2 ਕਿੰਨਾਂ ਦੀਆਂ ਲੱਤਾਂ ਨਹੀਂ ਕਿਸੇ ਦੇ ਪੈਰ ਨਹੀਂ ਐਡਾ ਭਾਰੀ ਨੁਕਸਾਨ ਹੋਇਆ ਹੁਣ ਸੋਚਿਆ ਗਿਆ ਅਗਲੀ ਸਕੀਮ ਅਗਲਾ ਕਿਵੇਂ ਅਸੀਂ ਐਕਸ਼ਨ ਕਰਨਾ ਫੈਸਲਾ ਕੀਤਾ ਗਿਆ ਹੈਲੀਕਾਪਟਰ ਰਾਹੀਂ ਕਮਾਂਡੋ ਅੰਦਰ ਦਾਖਲ ਕੀਤੇ ਜਾਣਗੇ 912 ਕਮਾਂਡੋਆਂ ਦੀ ਡਿਊਟੀ ਲਾਈ ਗਈ ਜਿਨ੍ਹਾਂ ਦੇ ਕੋਲ ਛੋਟੀਆਂ ਗੰਨਾਂ ਅਤੇ 60-60 ਗ੍ਰਨੇਡ ਸਨ ਸੋ ਜਦੋਂ ਇਹ ਅੰਦਰ ਦਾਖਲ ਹੋਣ ਲੱਗੇ ਪਰ ਉੱਧਰ ਵੀ ਉਹ ਸੂਰਮਾ ਜਨਰਲ ਸ਼ਵੇਗ ਸਿੰਘ ਮੁਕਤੀ ਬਾਨੀ ਦਾ ਉਹ ਮਹਾਨ ਜਰਨੈਲ ਜਿਹਨੇ ਮਹਾਨ ਕੁਰਬਾਨੀ ਕੀਤੀ ਸੀ 1971 ਦੀ ਜੰਗ ਅੰਦਰ ਐਸੇ ਚੱਕਰ ਵਿਊ 'ਚ ਪਾਇਆ ਜਦੋਂ ਅੰਦਰ ਦਾਖਲ ਹੋਏ ਗੁਰੂ ਕੇ ਲਾਲਾਂ ਨੇ ਅਣਖੀਲੇ ਮਰਦ ਬਹਾਦਰਾਂ ਨੇ ਇਹਨਾਂ ਕਮਾਂਡੋਆਂ ਦਾ ਸਵਾਗਤ ਇਉਂ ਕੀਤਾ ਜਦ ਜਨਰਲ ਸਿੰਘ ਸੁਬੇਗ ਰਚ ਚੱਕਰ ਵੀ ਉਹ ਜੋ ਵੇਗ ਜਦ ਲਏ ਹਜ਼ਾਰਾਂ ਡੇਗ ਤੱਕ ਹਾਲਤ ਫੱਟੜ ਕੈਲਾਂ ਦੇ ਦਿਲ ਡੈਲ ਗਏ ਜਰਨੈਲਾਂ ਦੇ ਭੇਜ ਕੇ ਹੈਲੀਕਾਪਟਰ ਬੰਦ ਕਰੀਏ ਖੂਨੀ ਚੈਪਟਰ ਕਰ ਲਈਏ ਵੈਰੀ ਕੈਪਚਰ ਛਾ ਜਾਣ ਕਮਾਂਡੋ ਬਿਲਡਿੰਗਾਂ ਤੇ ਟੁੱਟ ਪੈ ਜਾਣ ਬਾਗੀ ਸਿੰਘਾਂ ਦੇ ਜਦ ਜਨਰਲ ਸਿੰਘ ਸੁਬੇਗ
ਰਚ ਚੱਕਰ ਵਿਓ ਜਿਉ ਵੇਗ ਜਦ ਲੈ ਹਜ਼ਾਰਾਂ ਡੇਗ ਤੱਕ ਹਾਲਤ ਫੱਟੜ ਕੈਲਾਂ ਦੇ ਦਿਲ ਦਹਿਲ ਗਏ ਜਰਨੈਲਾਂ ਦੇ ਭੇਜ ਕੇ ਹੈਲੀ ਕਪਟਰ ਬੰਦ ਕਰੀਏ ਖੂਨੀ ਚੈਪਟਰ ਕਰ ਲਈਏ ਵੈਰੀ ਕੈਪਚਰ ਸ਼ਾਹਜਾਨ ਕਮਾਂਡੋ ਬਿਲਡਿੰਗ ਤੇ ਟੁੱਟ ਪੈ ਜਾਣ ਬਾਗੀ ਸਿੰਘਾਂ ਦੇ ਜੂਨ ਛੇ ਵੀ ਵੱਜੇ ਨੌ ਸੌ ਬਾਰਾਂ ਕਮਾਂਡੋ ਸੱਜੇ ਕਹਿੰਦੇ ਫੈਸਲਾ ਹੋ ਜੂ ਅੱਜੇ ਹੈਲੀਕਾਪਟਰਾਂ ਉੱਤੋਂ ਲੈਣ ਲੱਗੇ ਖਾ ਗੋਲੀ ਲੰਮੇ ਪੈਣ ਲੱਗੇ ਸੀ ਛੱਤਾਂ ਉੱਤੋਂ ਜਵਾਨ ਸੀ ਛੱਤਾਂ ਉੱਤੋਂ ਜਵਾਨ ਲੱਗੇ ਗੋਲੀ ਮੀਂਹ ਬਰਸਾਣ ਕੰਬੇ ਧਰਤੀ ਦੇ ਅਸਮਾਨ ਕੁੱਲ ਤਾਕਤ ਫੌਜੀਆਂ ਚੋ ਲਈ ਸੀ ਇੱਕ ਲੱਖ ਚਲਾਈ ਗੋਲੀ ਸੀ ਜੋ ਵਰਤਣ ਚੁਸਤੀ ਫੁਰਤੀ ਬੜੀ ਤੇਜ ਜਨਾ ਦੀ ਸੁਰਤੀ ਲੱਥੇ ਛੱਤਾਂ ਉੱਤੇ ਜਾ ਤੁਰਤੀ ਸਿੰਘਾਂ ਆਸਾਮੀ ਬਰਸਾਇਆ ਏ ਮਾਂਡਵਾਂ ਨੂੰ ਧਰਤ ਲਟਾਇਆ ਏ ਸੀ ਬਿਜਲੀ ਗਿਰੀ ਅਸਮਾਨੋ ਅਸੀਂ ਬਿਜਲੀ ਗਿਰੀ ਅਸਮਾਨੋ ਕਿਹੜਾ ਬਚ ਜੇ ਇਸ ਤੂਫਾਨੋ ਫੌਜੀ ਤੁਰਦੇ ਜਾਣ ਜਹਾਨੋ ਕੋਈ ਪੇਸ਼ ਰਤਾਰਾ ਜਾਂਦੀ ਸੀ ਗੋਲੀ ਚੋਂ ਪਾਸਿਆਂ ਤੋਂ ਆਉਂਦੀ ਸੀ ਜੋ ਆਏ ਕਮਾਂਡੋ ਜੰਗੀ ਪਾ ਬੈਠੇ ਮੌਤ ਨਾਲ ਕੰਗੀ ਜੋ ਆਏ ਕਮਾਂਡੋ ਜੰਗੀ ਪਾ ਬੈਠੇ ਮੌਤ ਨਾਲ ਕੰਗੀ ਗਈ ਧਰਤੀ ਲਹੂ ਨਾਲ ਰੰਗੀ ਕਈ ਛੱਡ ਗਏ ਸੱਜ ਵਿਆਈਆਂ ਸੀ ਰੀਜਾ ਰਜਨਾ ਦਿਲ ਦੀਆਂ ਲਾਈਆਂ ਸੀ ਐਸੇ ਹੱਥ ਵਿਖਾਏ ਲਹੂ ਮਿਜ ਦੇ ਕਾਣ ਵਗਾਏ ਜੋ ਚਾਵਾਂ ਦੇ ਨਾਲ ਆਏ ਜਿੱਤਣ ਲਈ ਜਿੱਤ ਦੇ ਤਗਮੇ ਸੀ ਗਾ ਤੁਰੇ ਮੌਤ ਦੇ ਨਗਮੇ ਸੀ ਜੋ ਕਹਿੰਦੇ ਤੜਕੇ ਤੜਕੇ ਜੋ ਕਹਿੰਦੇ ਤੜਕੇ ਤੜਕੇ ਬਸ ਪਿੰਡਰਾਂ ਵਾਲਾ ਫੜਕੇ ਦਿਲਿੰਦਰਾਂ ਕੋਲੇ ਖੜਕੇ ਲੜੇ ਲੱਖਾਂ ਦੇ ਨਜ਼ਰਾਨੇ ਨੇ ਸਭ ਮੌਤ ਦੇ ਬਣੇ ਨਿਸ਼ਾਨੇ ਨੇ ਸਭ ਵੈਰ ਲੱਸਾਂ ਨੇ ਟੁੱਟੀਆਂ ਉਹ ਰੂਹਾਂ ਕਾਲ ਬਲੀ ਨੇ ਲੁੱਟੀਆਂ ਸਭ ਵੈਰ ਲੱਸਾਂ ਨੇ ਟੁੱਟੀਆਂ ਰੂਹਾਂ ਕਾਲ ਬਲੀ ਨੇ ਲੁੱਟੀਆਂ ਲੈ ਤੁਰੇ ਸਦਾ ਦੀਆਂ ਛੁੱਟੀਆਂ ਗੁਰਮੁਖ ਜੰਗ ਕੈਰੀ ਮੱਚਿਆ ਸੀ ਨਾ ਕੋਈ ਕਮਾਂਡੋ ਬਚਿਆ ਸੀ ਹੁਣ ਅਗਲੇ ਐਕਸ਼ਨ ਵਿੱਚ 33 ਬੁਲਟ ਪਰੂਫ ਗੱਡੀਆਂ ਜਿਨ੍ਹਾਂ ਦੇ ਚੱਕੇ ਰੇਲ ਦੇ ਲਾਏ ਗਏ ਸਨ ਉਹਨਾਂ ਦੇ ਰਾਹੀਂ ਹੱਲਾ ਕਰਨ ਦਾ ਮਨ ਬਣਾਇਆ ਗਿਆ ਬੁਲਟ ਪਰੂਫ ਜੈਕਟਾਂ ਜਿਹੜੀਆਂ ਸਿਰ ਤੋਂ ਪੈਰਾਂ ਤੱਕ ਕੋਈ ਵਾਰ ਨਹੀਂ ਸੀ ਬੰਦਾ ਕਰ ਸਕਦਾ ਉਹ ਪਵਾ ਕੇ ਕਮਾਂਡੋਆਂ ਨੂੰ ਭੇਜਿਆ ਗਿਆ 155 ਬੰਦੇ ਭੇਜੇ ਗਏ ਸਿੰਘਾਂ ਨੇ ਉਹ ਵੀ ਧਰਤੀ 'ਤੇ ਲਟਾ ਦਿੱਤੀ 377 ਜਵਾਨ ਹੋਰ ਭੇਜੇ ਗਏ ਉਹ ਵੀ ਸਿੰਘਾਂ ਨੇ ਧਰਤੀ 'ਤੇ ਵਿਛਾ ਦਿੱਤੀ ਹੁਣ ਤੱਕ 3220 ਜਵਾਨ ਮਾਰੇ ਗਏ ਸਨ ਇਹ ਗੱਲ ਬਰਾੜ ਲਿਖਦਾ ਫਿਰ ਹੋਰ 6 ਗੱਡੀਆਂ ਭੇਜੀਆਂ ਗਈਆਂ ਜਿਨ੍ਹਾਂ 'ਤੇ 58 ਕਿਲੋਗ੍ਰਾਮ ਦਾ ਰਾਕਟ ਚੀਨ ਦਾ ਬਣਿਆ ਹੋਇਆ ਸਿੰਘਾਂ ਨੇ ਹੱਲਾ ਕੀਤਾ ਧਰਤੀ ਤੋਂ 61 ਫੁੱਟ ਉੱਚੀਆਂ ਗੱਡੀਆਂ ਡਿੱਗੀਆਂ ਸਰੋਵਰ ਜਾ ਕੇ ਸਾਡਾ ਕੋਈ ਸਾਡੀ ਵਾਹ ਪੇਸ਼ ਨਹੀਂ ਗਈ ਆਖਿਰਕਾਰ ਹਵਾਈ ਜਹਾਜ਼ਾਂ ਦੇ ਰਾਹੀਂ ਹੱਲਾ ਕਰਨ ਦਾ ਮਨ ਬਣਾਇਆ ਗਿਆ ਬਰਾੜ ਕਹਿੰਦਾ ਕਿ ਸਾਡੇ ਤਾਂ ਦਿਮਾਗ ਪਾਗਲ ਹੋ ਚੁੱਕੇ ਸਨ ਹੁਣ ਕਰੀਏ ਤੇ ਕਰੀਏ ਕੀ ਇੱਕ ਜਹਾਜ਼ ਐਸਾ ਜਿਹੜਾ ਹਨੇਰੇ ਵਿੱਚ ਵੀ ਨਕਸ਼ਾ ਲੈ ਸਕਦਾ ਹੈ ਉਹ ਨਕਸ਼ਾ ਲੈ ਰਿਹਾ ਸੀ 6 ਹੋਰ ਹਵਾਈ ਜਹਾਜ਼ਾਂ ਰਾਹੀਂ ਹਮਲਾ ਕੀਤਾ ਗਿਆ ਜਿਹਦੇ ਵਿੱਚ 4673 ਬੰਦੇ ਭੇਜੇ ਗਏ 1 ਮਿੰਟ ਵਿੱਚ ਹਵਾਈ ਜਹਾਜ਼ ਰਾਹੀਂ 15,000 ਗੋਲੀ ਕੱਢੀ ਜਾਂਦੀ ਸੀ ਪਰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸਨ ਉਹ ਭਿੰਡਰਾਂ ਵਾਲੇ ਦੇ ਸਾਥੀ ਇਹਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ 45 ਮਿੰਟਾਂ ਵਿੱਚ ਭਾਵੇਂ ਉਹਨਾਂ ਦੇ 61 ਬੰਦੇ ਸ਼ਹੀਦ ਹੋਏ ਪਰ 2773 ਜਵਾਨ ਇੱਥੇ ਵੀ ਮਾਰੇ ਗਏ ਹੁਣ ਤੱਕ 6052 ਜਵਾਨ ਸਾਡੇ ਮਾਰੇ ਜਾ ਚੁੱਕੇ ਸਨ ਹੁਣ ਐਮਰਜੈਂਸੀ ਹਾਰਨ ਵਜਾ ਕੇ ਫੌਜਾਂ ਨੂੰ ਬਾਹਰ ਕੱਢਣ ਵਾਸਤੇ ਸੰਦੇਸ਼ ਦਿੱਤਾ ਗਿਆ ਇਰਦ ਦਿੱਲੀ ਤੱਕ ਪਹਿਲਕਾ ਮੱਚ ਗਿਆ ਇੰਦਰਾ ਗਾਂਧੀ ਰਾਜੀਵ ਗਾਂਧੀ ਦੇ ਨਾਲ ਜਨਰਲ ਸੁੰਦਰ ਜੀ ਜਨਰਲ ਵੈਦਿਆ ਇਹ ਮੀਟਿੰਗਾਂ ਕਰ ਰਹੇ ਸਨ ਇੱਧਰ ਵੱਖ ਵੱਖ ਦੇਸ਼ਾਂ ਵੱਲੋਂ ਫੋਨ ਆ ਰਹੇ ਸਨ ਤੁਹਾਡੇ ਕੋਲੋਂ ਇੱਕ ਛੋਟੀ ਜਿਹੀ ਬਿਲਡਿੰਗ 'ਤੇ ਕਬਜ਼ਾ ਨਹੀਂ ਹੋ ਰਿਹਾ ਖਾਸ ਕਰਕੇ ਰੂਸ ਦਾ ਪ੍ਰਧਾਨ ਮੰਤਰੀ ਕਹਿੰਦਾ ਤੁਹਾਡਾ ਵਕਾਰ ਮਿੱਟੀ ਵਿੱਚ ਮਿਲ ਜਾਵੇਗਾ ਜਲਦੀ ਤੋਂ ਜਲਦੀ
इस गल नूं नजिठिया जावे। सो 5 जून तो लैके 6 जून तक जो कैरी लड़ाई तोपां ते टैंकां दे नाल गुरु के लाला ने लड़ी है उहदा वेरवा पस्तौल छंद राही जोगा सिंह जोगी कमिश्नर दा जत्था ਇਉਂ ਬਿਆਨ ਕਰਦਾ ਹੈ। 5 ਜੂਨ ਵਜੇ ਜਦ 12 ਚੜੇ ਫੌਜੀ ਜਵਾਨ ਹਜ਼ਾਰਾਂ ਲੱਗੇ ਕੱਢਣ ਦਿਲਾਂ ਦੀਆਂ ਖਾਰਾਂ ਗੋਲੀ ਦਾ ਮੀਂਹ ਵਰਾਉਣ ਲੱਗੇ ਤੋਪਾਂ ਨਾਲ ਤਖਤ ਉਡਾਉਣ ਲੱਗੇ ਜਿੱਤੇ ਵੱਜਣ ਤੋਪ ਦੇ ਗੋਲੇ ਲੱਗੇ ਬੁਰਜ ਹੋਣ ਡਾਠ ਖੋਲੇ ਅੱਗਾਂ ਲੱਗੀਆਂ ਮੈਲ ਹੋਏ ਕੋਲੇ ਖੇਡੀ ਹੋਲੀ ਜੋਧਿਆਂ ਚੰਡਿਆਂ ਨੇ ਕੀਤੀ ਤੋਬਾ ਜੰਗਾਂ ਵਿੱਚ ਹੰਡਿਆਂ ਨੇ। 5 ਜੂਨ ਵਜੇ ਜਦ 12 ਚੜੇ ਫੌਜੀ ਜਵਾਨ ਹਜ਼ਾਰਾਂ ਲੱਗੇ ਕੱਢਣ ਦਿਲਾਂ ਦੀਆਂ ਖਾਰਾਂ ਗੋਲੀ ਦਾ ਮੀਂਹ ਵਰਾਉਣ ਲੱਗੇ ਤੋਪਾਂ ਨਾਲ ਤਖਤ ਉਡਾਉਣ ਲੱਗੇ ਜਿੱਤੇ ਵੱਜਣ ਤੋਪ ਦੇ ਗੋਲੇ ਲੱਗੇ ਬੁਰਜ ਹੋਣ ਡਾਠ ਖੋਲੇ ਅੱਗਾਂ ਲੱਗੀਆਂ ਮੈਲ ਹੋਏ ਕੋਲੇ ਹੋਲੀ ਖੇਡੀ ਜੋਧਿਆਂ ਚੰਡਿਆਂ ਨੇ ਕੀਤੀ ਤੋਬਾ ਜੰਗਾਂ ਵਿੱਚ ਹੰਡਿਆਂ ਨੇ। ਜੋ ਲੋਕ ਯਾਤਰੂ ਆਏ ਲੋਕ ਯਾਤਰੂ ਆਏ ਫੌਜਾਂ ਨੇ ਧਰਤ ਵਿਛਾਏ ਗੋਲੀ ਅੱਗੇ ਪੇਸ਼ ਨਾ ਜਾਏ ਦੋ ਪਾਸਿਓਂ ਗੋਲੀ ਵਰਦੀ ਸੀ ਅੱਡ ਜਾਨ ਦੇਹਾਂ ਚੋਂ ਕਰਦੀ ਸੀ। ਕਹਿੰਦੇ ਸੰਤ ਲੁਕਣ ਨਹੀਂ ਦੇਣਾ ਪਿੱਛੋਂ ਅਸਲਾ ਮੁੱਕਣ ਨਹੀਂ ਦੇਣਾ ਸਿਰ ਕਿਸੇ ਨੂੰ ਚੁੱਕਣ ਨਹੀਂ ਦੇਣਾ ਜਿਹੜੀ ਥਾਂ ਤੇ ਲੁਕੇਗਾ ਢਾ ਦਿਆਂਗੇ ਲੋਥਾਂ ਤੇ ਲੋਥ ਚੜ੍ਹਾ ਦਿਆਂਗੇ। ਜਿਨ ਵਕਤ ਦਿੱਲੀ ਨੂੰ ਪਾਇਆ ਵਕਤ ਦਿੱਲੀ ਨੂੰ ਪਾਇਆ ਤੇ ਬਾਗੀ ਕਦਮ ਉਠਾਇਆ ਜਾਊ ਤੋਪਾਂ ਨਾਲ ਉਡਾਇਆ ਭਾਵੇਂ ਕਿੰਨੀ ਫੌਜ ਨੂੰ ਮਰਨਾ ਪਏ ਨੁਕਸਾਨ ਕਿੰਨਾ ਵੀ ਕਰਨਾ ਪਏ। ਹੈਲੀਕਾਪਟਰ ਫਿਰੇ ਚੱਲਦਾ ਹੈਲੀਕਾਪਟਰ ਫਿਰੇ ਚੱਲਦਾ ਪਲ ਪਲ ਦੀ ਡਾਰੀ ਕੱਲ ਦਾ ਹੁੰਦੇ ਜੰਗ ਨੂੰ ਵੇਖ ਰਿਹਾ ਕੱਲ ਦਾ ਗੋਲੇ ਪੈਣ ਸਿੰਘਾਂ ਦੇ ਅੱਡਿਆਂ ਤੇ ਸੀ ਜੋ ਲੜਦੇ ਭੈਂਕਰਾਂ ਵੱਡਿਆਂ ਤੇ ਸੀ ਜੋ ਤਖਤ ਅਕਾਲ ਦਾ ਸੱਜਦਾ ਸਿੱਧਾ ਗੋਲਾ ਉਸ ਵਿੱਚ ਵੱਜਦਾ ਤੋਪਾਂ ਚੱਲਣ ਬੱਦਲ ਜਿਉਂ ਗੱਜਦਾ ਪੈ ਗਏ ਪਾੜ ਦਰਸ਼ਨੀ ਡੇੜੀ ਨੂੰ ਰਹੇ ਡੋਬ ਧਰਮ ਦੀ ਬੇੜੀ ਨੂੰ। ਢਿੱਲ ਫੌਜ ਨਾ ਮਾਸਾ ਇੱਕ ਢਾਤਾ ਲੰਗਰ ਦਾ ਪਾਸਾ ਜਿੱਥੇ ਸੀ ਸੰਤਾਂ ਦਾ ਵਾਸਾ ਉਸ ਜਗ੍ਹਾ ਤੇ ਗੋਲੇ ਪੈਂਦੇ ਰੇ ਸਿੰਘ ਵਾਰ ਫੌਜ ਦਾ ਸਹਿੰਦੇ ਰੇ। ਤਖਤ ਅਕਾਲ ਦਾ ਠਹਿ ਗਿਆ ਸਿਰ ਲੈਚੀ ਬੇਰ ਦਾ ਲੈ ਗਿਆ ਮੁਰਦੇ ਨਾਲ ਮੁਰਦਾ ਖਹਿ ਗਿਆ ਅੱਗੋਂ ਸਿੰਘ ਵੀ ਬਥੇਰਾ ਲੜਦੇ ਰੇ ਅੰਗ ਨਾਲੋਂ ਜਿਸਮ ਜਿਉਂ ਚੜਦੇ ਰੇ। ਦਿਲਾਂ ਵਿੱਚੋਂ ਪ੍ਰੇਮ ਸੀ ਮੁੱਕ ਗਿਆ ਦਿਲਾਂ ਵਿੱਚੋਂ ਪ੍ਰੇਮ ਸੀ ਮੁੱਕ ਗਿਆ ਕਿਤੇ ਧਰਮ ਰਾਜ ਵੀ ਲੁੱਕ ਗਿਆ ਆ ਮੌਕਾ ਦੁੱਖਾਂ ਦਾ ਟੁੱਕ ਗਿਆ ਲਹੂ ਮਿੱਜਦਾ ਹੋ ਗਿਆ ਗਾਰਾ ਸੀ ਹਜੇ ਕੰਮ ਨਾ ਮੁੱਕਿਆ ਸਾਰਾ ਸੀ। ਗਦਰ ਗੁਰੂ ਘਰ ਮੱਚਿਆ ਜੋ ਮਿਲ ਗਿਆ ਉਹ ਨਾ ਬਚਿਆ ਕੀਤਾ ਫੌਜ ਜੋ ਮਨ ਨੂੰ ਜਚਿਆ ਦਿਲ ਕਾਲਾ ਪੈ ਰਿਹਾ ਸਭ ਦਾ ਸੀ ਜੋਗੀ ਸਿੰਘਾ ਸੰਤ ਨਾ ਲੱਭਦਾ ਸੀ। ਕੇ ਐਸ ਬਰਾੜ ਲਿਖਦਾ ਹੈ ਕਿ 1965 ਦੀ ਜੰਗ ਵਿੱਚ 0.4% ਬੰਦੇ ਸਨ ਜਵਾਨ ਸਨ ਜਿਹੜੇ ਫੌਜ ਛੱਡਣ ਵਾਸਤੇ ਤਿਆਰ ਹੋ ਗਏ ਸਨ। 1971 ਦੀ ਜੰਗ ਵਿੱਚ 1.3% ਬੰਦੇ ਸਨ ਜੋ ਫੌਜ ਛੱਡਣ ਵਾਸਤੇ ਤਿਆਰ ਸਨ। ਪਰ ਕਹਿੰਦਾ ਮੈਂ ਹੈਰਾਨ ਹਾਂ ਇੰਨੇ ਦਿਲ ਡਹਿਲ ਚੁੱਕੇ ਸਨ 48% ਜਵਾਨ ਫੌਜ ਦੀ ਨੌਕਰੀ ਛੱਡਣ ਵਾਸਤੇ ਤਿਆਰ ਖੜ੍ਹੇ ਸਨ। ਆਖਿਰਕਾਰ ਤੋਪਾਂ ਅਤੇ ਟੈਂਕਾਂ ਦੇ ਨਾਲ ਇੰਨੇ ਮਾਰੂ ਹੱਲੇ ਹੋਏ ਗੁਰੂ ਕੇ ਲਾਲ ਉਹਨਾਂ ਦੀਆਂ ਲਾਸ਼ਾਂ ਉੱਪਰ ਅਸਮਾਨਾਂ ਵਿੱਚ ਉੱਡ ਰਹੀਆਂ ਸਨ। ਬਾਬਾ ਜਰਨੈਲ ਸਿੰਘ ਨੇ ਵੇਖਿਆ ਕਿ ਹੁਣ ਆਖਿਰਕਾਰ ਸ਼ਹੀਦ ਹੋਣ ਦਾ ਵਕਤ ਆ ਗਿਆ ਹੈ। ਅਕਾਲ ਤਖਤ 'ਤੇ ਅਰਦਾਸ ਕਰਕੇ ਆਪਣੇ ਮੁੱਠੀ ਭਰ ਜਰਨੈਲਾਂ ਨੂੰ ਸਾਥੀਆਂ ਨੂੰ ਬਾਬਾ ਠਾਰਾ ਸਿੰਘ ਜਨਰਲ ਸ਼ਵੇਕ ਸਿੰਘ ਭਾਈ ਅਮਰੀਕ ਸਿੰਘ ਉਹਨਾਂ ਨੂੰ ਨਾਲ ਲੈ ਕੇ ਸੂਰਮਾ ਚੜਿਆ ਉਹ ਸੂਰਮੇ ਦੇ ਚਿਹਰੇ ਦਾ ਜਲੋ ਨੈਣਾਂ 'ਚ ਖਮਾਰ ਸ਼ਹੀਦੀ ਪਾਉਣ ਦਾ ਚਾਅ ਜਿਵੇਂ ਉਮੜ ਰਿਹਾ ਸੀ
ਉਸ ਵੇਲੇ ਦੇ ਸੀਨ ਨੂੰ ਜੋਗਾ ਸਿੰਘ ਜੋਗੀ ਕਵੀਸ਼ਰ ਦਾ ਜੱਥਾ ਇਉਂ ਬਿਆਨ ਕਰਦਾ ਹੈ। ਉਹ ਚੜ ਪਿਆ ਸਿੰਘ ਜੇਰ ਨਾਲ ਜਿਉਂ ਗੁਰਾਂ ਮੂਹਰੇ ਅਰ ਦਾਸ ਗੁਜਾਰ ਗੁਰਾਂ ਮੂਹਰੇ ਅਰ ਦਾਸ ਗੁਜਾਰ ਉਹ ਅੱਜ ਜੂਝ ਕੇ ਸ਼ਹੀਦੀਆਂ ਪਾਉਣੀਆਂ ਕਿਹਾ ਚੁਣ ਵੇ ਸਿੰਘਾਂ ਨੂੰ ਲਲਕਾਰ ਕਿਹਾ ਚੁਣ ਵੇ ਸਿੰਘਾਂ ਨੂੰ ਲਲਕਾਰ ਉਹ ਚੜ ਪਿਆ ਸਿੰਘ ਜਰ ਨਾਲ ਜਿਉਂ ਗੁਰਾਂ ਮੂਹਰੇ ਅਰ ਦਾਸ ਗੁਜਾਰ ਗੁਰਾਂ ਮੂਹਰੇ ਅਰ ਦਾਸ ਗੁਜਾਰ ਉਹ ਅੱਜ ਜੂਝ ਕੇ ਸ਼ਹੀਦੀਆਂ ਪਾਉਣੀਆਂ ਕਿਹਾ ਚੁਣ ਵੇ ਸਿੰਘਾਂ ਨੂੰ ਲਲਕਾਰ ਕਿਹਾ ਚੁਣ ਵੇ ਸਿੰਘਾਂ ਨੂੰ ਲਲਕਾਰ ਜਿਵੇਂ ਚੰਦ ਤਾਰਿਆਂ ਵਿੱਚ ਸੋਭਦਾ ਉਹ ਸਿੰਘਾਂ ਵਿੱਚ ਫੱਬੇ ਜਥੇਦਾਰ ਉਹ ਸਿੰਘਾਂ ਵਿੱਚ ਫੱਬੇ ਜਥੇਦਾਰ ਉਹਦੇ ਅੰਗ ਅੰਗ ਡਲ ਕੇ ਵੀਰਤਾ ਪੈਨੇ ਫਾਬਰੇ ਨੇ ਜੰਗੀ ਹਥਿਆਰ ਪੈਨੇ ਫਾਬਰੇ ਨੇ ਜੰਗੀ ਹਥਿਆਰ ਗੁਰੂ ਗ੍ਰੰਥ ਅਤੇ ਉੱਚੀ ਪੰਥ ਸ਼ਾਨ ਲਈ ਗੁਰੂ ਗ੍ਰੰਥ ਅਤੇ ਉੱਚੀ ਪੰਥ ਸ਼ਾਨ ਲਈ ਰੋਮ ਰੋਮ ਵਿੱਚ ਰਚਿਆ ਪਿਆਰ ਰੋਮ ਰੋਮ ਵਿੱਚ ਰਚਿਆ ਪਿਆਰ ਕਿਹੜਾ ਰੋਬ ਛੱਲੇ ਅੱਜ ਦੁੱਲੇ ਸ਼ੇਰ ਦਾ ਕਿਹੜਾ ਰੋਬ ਛੱਲੇ ਅੱਜ ਦੁੱਲੇ ਸ਼ੇਰ ਦਾ ਚੜਿਆ ਨੈਣਾ ਵਿੱਚ ਵੱਖਰਾ ਖੁਮਾਰ ਚੜਿਆ ਨੈਣਾ ਵਿੱਚ ਵੱਖਰਾ ਖੁਮਾਰ ਨਾ ਕੋਈ ਖੌਫ ਨਾ ਕੋਈ ਇੱਛਾ ਚੇਰ ਜੀਣ ਦੀ ਇੱਕੋ ਰੀਝ ਬਣੇ ਕੌਮ ਦਾ ਵਕਾਰ ਇੱਕੋ ਰੀਝ ਬਣੇ ਕੌਮ ਦਾ ਵਕਾਰ ਨਾ ਕੋਈ ਲਾਲਚ ਹਕੂਮਤ ਤੇ ਧਨ ਦਾ ਨਾ ਕੋਈ ਦੂਬਦਾ ਤੇ ਨਾ ਕੋਈ ਹੰਕਾਰ ਨਾ ਕੋਈ ਦੁਬਦਾ ਤੇ ਨਾ ਕੋਈ ਹੰਕਾਰ ਹੱਸ ਕੁਰ ਬਾਨੀ ਗੁਰੂ ਪੰਥ ਲਈ ਕਾਲੇ ਦੀਪ ਸਿੰਘ ਵਾਂਗੂ ਸਰਦਾਰ ਕਾਲੇ ਦੀਪ ਸਿੰਘ ਵਾਂਗੂ ਸਰਦਾਰ ਕੌਮੀ ਲੀਡਰਾਂ ਨਾਲ ਧੋਖੇ ਕੀਤੇ ਕੌਮ ਨਾ ਧੋਖੇ ਕੀਤੇ ਕੌਮ ਨਾਲ ਚਾਉਂਦੇ ਖੂਨ ਨਾਲ ਧੋਣਾ ਬਲਕਾਰ ਚਾਉਂਦੇ ਖੂਨ ਨਾਲ ਧੋਣਾ ਬਲਕਾਰ ਨਾਲ ਜਨਰਲ ਸੁਬੇਗ ਸਿੰਘ ਸੂਰਮਾ ਨਾਲ ਜਨਰਲ ਸੁਬੇਗ ਸਿੰਘ ਸੂਰਮਾ ਅਮਰੀਕ ਸਿੰਘ ਜੋਧਾ ਮਨ ਦਾ ਨਿਹਾਰ ਅਮਰੀਕ ਸਿੰਘ ਜੋਧਾ ਮਨ ਦਾ ਨਿਹਾਰ ਗੁਰਮੁਖ ਸਿੰਘਾ ਬੋਲ ਤੋਲ ਦਾ ਸੂਰਮਾ ਧੁੰਮਾ ਪਾ ਗਿਆ ਓ ਵਿੱਚ ਸੰਸਾਰ ਧੁੰਮਾ ਪਾ ਗਿਆ ਓ ਵਿੱਚ ਸੰਸਾਰ ਅਸੀਂ ਜਦੋਂ ਵੀ ਬਾਬਾ ਜੀ ਦੇ ਨਾਲ ਸਟੇਜਾਂ 'ਤੇ ਇਕੱਠੇ ਹੋਇਆ ਕਰਦੇ ਸਾਂ ਬਾਬਾ ਜੀ ਸਾਡੇ ਕੋਲੋਂ ਬਾਬਾ ਦੀਪ ਸਿੰਘ ਦੀ ਆਖਰੀ ਵਾਰ ਬੰਬ ਛੰਦ ਜ਼ਰੂਰ ਸੁਣਿਆ ਕਰਦੇ ਸਨ। ਇਹ ਮੇਰੇ ਮਨ ਦੀ ਭਾਵਨਾ ਹੈ, ਇਉਂ ਜਾਪਦਾ ਜਿਵੇਂ ਕਿਤੇ ਦੁਬਾਰਾ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਿੱਚ ਬਾਬਾ ਦੀਪ ਸਿੰਘ ਦੀ ਰੂਹ ਆ ਗਈ ਹੋਵੇ। ਉਸੇ ਹੀ ਹਰਿਮੰਦਰ ਦੀ ਆਜ਼ਾਦੀ ਵਾਸਤੇ ਉਸ ਕਲਗੀਧਰ ਦੇ ਲਾਲ ਨੇ
मरन मुनसा सूर्या हक है जे होए मरन परवाणु सूरा सो पहचानिए जो लरे दीन के हेत पुरजा पुरजा कट मरे कबू न छाडे खेत मोए मरने का चाव है मरो त हर के द्वार मत हर पूछे कौन है पर हमारे बार दे मावा का अनुसार गुरु का लाल अपने साथी सिंघा दे नाल शहादत दा जाम 6 जून वाले दिन हे इस तरह पी गया उची छड के जकारे सिंह सूरमा ओ टंका मूरे डट आया उची छड के जकारे सिंह सूरमा ओ टंका मूरे डट आया ओदे मत्थे चढ़िया लालियां मर्द लीडर आगू कौम नू कदे कदे मिलिया करदे है हजारों साल नरगस अपनी बेनूरी पे रोती है बड़ी मुश्किल से होता है चमन में दीदावर पैदा वो सूरमा बोल तो नभा गया पर भारती हौज ने इन्ना वड्डा कहर किया वो श्री गुरु अर्जन देव महाराज के शहीदी दहाड़े की चोण की गई वह छोटे छोटे बच्चे दुध चुंगदे वह तीवियां उन्हां दा की कसूर सी उन्हां नू प्यासे मारिया गया गोलियां दे निशाने बनाया गया मावां दे सामने छोटे छोटे बच्चियां नू गोलियां मारिया गईयां पिछे बाहां बन के गोलियां दे निशाने बनाया गया उत्थे शराब उड्डी बहुत कुछ होया धीआं भैणां दी इज्जत लुट्टी गई जो कुछ कहर होया वह दिल्ली सरकार दे मत्थे ते कलंक दा टिक्का है जिहड़ा कदे धोता नहीं जा सकदा जिवें धरती असमान कंब गए जिवें सारा वातावरण सोगमई लहर डुब गया उस वे दी कहानी नू कली दियां चंद सतरां दे राही गुरमुख सिंह दी लिखत राही इहो बयान कीता जांदा है इन्ना कहर वरतिया अमृत सर दी धरती ते रोई आखी अदल दी अंबर ताह मारे इन्ना कहर वरतिया अमृत सर दी धरती ते अंबर ताह मारे पंचम पातशाह दा शहीदी देण
ਰਿਛਣ ਲਈ ਸਾਡੀ ਆਪਣੀ ਫੌਜ ਨੇ ਬਿਨਾਂ ਗੁਨਾਹ ਮਾਰੇ ਸੱਚ ਆਖਾਂ ਸਾਡੀ ਆਪਣੀ ਫੌਜ ਨੇ ਬਿਨਾਂ ਗੁਨਾਹ ਮਾਰੇ ਅੱਤ ਦੀ ਗਰਮੀ ਬੱਚੇ ਪਾਣੀ ਦੇ ਲਈ ਵਿਲਕ ਰਹੇ ਸੱਚ ਆਖਾਂ ਅੱਤ ਦੀ ਗਰਮੀ ਬੱਚੇ ਪਾਣੀ ਦੇ ਲਈ ਵਿਲਕ ਰਹੇ ਤਰਸ ਰਤਾਰਾ ਖਾਂਦੇ ਨੇ ਹਥਿਆਰੇ ਸਾਰੇ ਵਿੱਚ ਸ਼ਹਿਰ ਦੇ ਕਰਫਿਊ ਲਾ ਕੇ ਫੌਜਾਂ ਨੇ ਸੱਚ ਨੂੰ ਛਿੱਕੇ ਟੰਗਿਆ ਕੁੱਲ ਕਾਨੂੰਨ ਵਸਾਰੇ ਕੀਤਾ ਰਾਮ ਜਰਾਨਾ ਦੁੱਧ ਚੁੰਘਦੇ ਬਾਲਾਂ ਤੇ ਬੱਚਿਆਂ ਤੇ ਕੀਤਾ ਰਾਮ ਜਰਾਨਾ ਦੁੱਧ ਚੁੰਘਦੇ ਬਾਲਾਂ ਤੇ ਮਾਵਾਂ ਤੱਕਣ ਟੋਟੇ ਹੁਣ ਨੈਣਾਂ ਦੇ ਤਾਰੇ ਧਰਤੀ ਡੋਲੀ ਨਾਲੇ ਅੰਮ੍ਰਿਤਾ ਮਾਰਦਾ ਤੱਕ ਕੇ ਲਹੂ ਮੇਜਦੇ ਚੱਲੇ ਖੂਨ ਬੁਹਾਰੇ ਰੰਗੀ ਗਈ ਪਰਕਰਮਾ ਅੰਮ੍ਰਿਤਸਰ ਹਰ ਮੰਦਰ ਦੀ ਲਹੂ ਦੀਆਂ ਨਦੀਆਂ ਵਗੀਆਂ ਦੇਸ਼ ਸੱਚ ਆਖਾਂ ਜੁੱਗਾਂ ਤੱਕ ਨਹੀਂ ਲੈਣਾ ਗੁਰਮੁਖ ਸੱਚ ਉਚਾਰੇ ਬਈ ਗੁਰਮੁਖ ਸੱਚ ਉਚਾਰੇ ਇਹ ਹੈ ਉਹ ਖੂਨੀ ਦਾਸਤਾਨ ਜਿਹੜੀ ਇਕੱਲੀ ਸਿੱਖ ਕੌਮ ਨੂੰ ਨਹੀਂ ਕਿਸੇ ਵੀ ਇਨਸਾਫ ਪਸੰਦ ਬੰਦੇ ਨੂੰ ਸਦਾ ਵਾਸਤੇ ਟੁੰਬਦੀ ਰਹੇਗੀ ਇਹਨਾਂ ਕੁਝ ਕਹਿੰਦੇ ਅਸੀਂ ਖਿਮਾ ਦੇ ਜਾਚਕਾਂ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।